वाहेगुरु। वाहेगुरु वाहेगुरु। गुरुद्वारा प्रभ मिलना का चाओ सर्व सुख चैरिटेबल ट्रस्ट दा ए उपराला तन श्री गुरु ग्रंथ साहिब जी विच गुरु साहिबान ते संतां भगतां द्वारा दर्शाए मार्ग राही त्रै गुणा विच सुते मनुखी मन नूं जगा के जीवन सच नाल जोड़न ते अपने मूल दी पछाण करवांदा है। इस रचना दे सारे पात्र मनोकल्पित हन। इन्हां दा किसी भी विशेष व्यक्ति दे जीवन नाल कोई संबंध नहीं है। वाहे गुरु गुरमुख हो वै सोकाया खोजे होर सब परम पुलाई जिसनो दे सोई जन पावे होर क्या को करे चतुराई काया अंदर पावसे गुर परसादी पाए काया अंदर पावसे गुर परसादी पाए। एक उदासी समय गुरु नानक देव जी एक पिंड विच गए। पिंड वालिया ने गुरु जी का कोई आदर ना किया ते बहुत फिके बोल बोले। गुरु जी ने फरमाया वसदे रहो वसदे रहो। अगले पिंड चले गए। अगले पिंड गए ते पिंड वालिया ने गुरु जी का बहुत आदर किया बहुत मिठे बोल बोले। गुरु जी ने कहा उजड़ जाने लोग। मरदाना रबाबी गुरु जी दे नाल से उसने कहा गुरु जी ये की न्याय है जिन्हां ने फिके बोल बोले हैं उन्हां नूं वसते रहो ते जिन्हां मिठे बोल बोले हैं उन्हां नूं क्या है कि उजड़ जाने लोग। गुरु जी ने फरमाया भाई जेड़े फिके बोल वाले हैं वो जिथे भी जाणगे उत्थे बरियाई ही फैलाउणगे ते जिन्हां चंगे बोल बोले हैं वो जिथे जिथे भी जाणगे उत्थे आपदी चंगियाई ही फैलाउणगे। इस करके इन्हां नूं क्या है कि उजड़ जाण ये लोग ते चंगियाई फैलाउण जाके। पर पुत मैनूं अज एक गल दा जवाब दे कि जद भी तेरी बदली किते हुंदी है तू नवें स्टेशन ते जाणा हुंदा है तां इही साखी मैथों क्यों सुणदा है। ओ इस करके बापू जी क्योंकि तुहाडे इस पुत्र दी साल जां 6 महीने बाद बदली इस दी इमानदारी करके हो जांदी है। ये साखी सुन के मैं इस तरह लगता है जिस तरह गुरु नानक देव जी सच्चे पातशाह मैनू भी यही आसीस दे रहे हो। वाहेगुरु वाहेगुरु पुत्र अपना विश्वास इस तरह ही बनाई रखी गुरु जी के बचना विच डोलन ना दई वाहेगुरु भली करेगा। प्रशादा तैयार है छक लो सारे। बापू जी प्रशादा तुहाडे लई इत्थे मंगाईए कि बाहर छकोगे। मैं तो ठहर के ही छकांगा ਤੁਸੀਂ ਛਕ ਲਓ ਪੁੱਤ ਲੇਟ ਨਾ ਹੋ ਜਾਇਓ। ਮੈਨੂੰ ਆਸ਼ੀਰਵਾਦ ਦਿਓ ਦਾਦਾ ਜੀ ਮੇਰਾ ਅੱਜ ਭਾਸ਼ਣ ਮੁਕਾਬਲਾ ਹੈ। ਭਲੀ ਕਰੇਗਾ ਮਹਾਰਾਜ ਭਲੀ ਕਰੇਗਾ ਸ਼ਾਬਾਸ਼। ਭਾਸ਼ਣ ਮੁਕਾਬਲਾ ਕਿਹੜਾ ਟੌਪਿਕ ਲਿਆ ਵੀਰੇ? ਗੁਰਬਾਣੀ ਤੇ ਆਧਾਰਿਤ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਸ਼ਾਬਾਸ਼ ਬਹੁਤ ਚੰਗਾ ਬਹੁਤ ਵਧੀਆ ਸ਼ਾਬਾਸ਼। ਪਾਪਾ ਮੈਂ ਛੱਡ ਦਵਾਂ ਤੁਹਾਨੂੰ? ਨਹੀਂ ਪੁੱਤਰ ਤੂੰ ਆਪਣੀ ਡਿਊਟੀ ਤੋਂ ਲੇਟ ਨਾ ਹੋ ਜੀ ਮੈਂ ਆਪਣੇ ਆਪ ਹੀ ਚਲੇ ਜਾਊਂਗਾ। ਠੀਕ ਇਸ ਤਰ੍ਹਾਂ ਕਰੋ ਮੈਨੂੰ ਤੇ ਬਾਪੂ ਜੀ ਨੂੰ ਇੱਥੇ ਪ੍ਰਸ਼ਾਦੇ ਲਿਆ ਦਿਓ ਮੈਂ ਬਾਪੂ ਜੀ ਦੇ ਕੋਲੇ ਬੈਠ ਕੇ ਪ੍ਰਸ਼ਾਦਾ ਛਕ ਲਾਂਗਾ। ਵਾਹ ਪਹਿਲਾਂ ਐਸ ਬੀ ਓ ਵਧੀਆ ਸੀ ਇਹ ਨਵਾਂ ਪਤਾ ਨਹੀਂ ਕਿਹੋ ਜਿਹਾ ਹੋਊਗਾ।
ਆ ਜਾਣਾ ਨਾ 9 ਵਜੇ, ਪਤਾ ਲੱਗ ਜਾਊਗਾ। ਮੈਂ ਤਾਂ ਆਪ ਜਲਦੀ ਜਾਣਾ ਸੀ, ਭਤੀਜੀ ਸ਼ਾਦੀ ਆ, ਸ਼ੋਪਿੰਗ ਕਰਨ ਵਾਲੀ ਆ। ਛੁੱਟੀ ਲੈ ਲੈਣੀ ਸੀ ਫਿਰ? ਛੁੱਟੀ ਛੁੱਟੀ ਤੇਰੇ ਆਪਣੇ ਵਿਆਹ ਤੇ ਨਹੀਂ ਲਈ, ਫਰਲਾ ਤਾਂ ਗਿਆ ਸੀ। ਸਹੀ ਆ, ਹਾਜ਼ਰੀ ਦੀ ਇੱਥੇ ਸੀ ਤੇ ਵਿਆਹ ਪਠਾਨਕੋਟ। ਲੈ ਲੈ, ਸੱਚ ਤਾਂ ਬੋਲੇ ਛਾਣੀ ਕੀ ਬੋਲੇ, ਆਪੇ ਹਫ਼ਤੇ ਬਾਅਦ ਆ ਕੇ ਹਾਇਰ ਹੀ ਭਰ ਲੈਂਦਾ ਤੇ ਮੈਨੂੰ ਆਉਂਦਾ। ਚਲੋ ਪਹਿਲਾਂ ਜੋ ਵੀ ਹੁੰਦਾ ਰਿਹਾ ਠੀਕ ਸੀ, ਇਹਨੂੰ ਹੁਣ ਨਵੇਂ ਨੂੰ ਤਾਂ ਦੇਖਣੇ ਪਊ 2-4 ਦਿਨ ਕਿਹੋ ਜਿਹਾ ਏ। ਕਿਹੋ ਜਿਹੇ ਨੂੰ ਕੀ ਆ, ਇਹ ਕਿਹੜਾ ਰੱਬ ਕੋਲੋਂ ਧਰਤੀ ਤੇ ਸਿੱਧਾ ਆਇਆ ਬੰਦਾ ਹੀ ਆ, ਸਾਡੇ ਵਰਗਾ ਹੀ ਹੋਊ। ਕਿਉਂ ਅਸੀਂ ਮਾੜੇ ਆ? ਨਹੀਂ ਮਾੜੇ ਨਹੀਂ, ਮੇਰਾ ਮਤਲਬ ਇਹ ਨਹੀਂ ਆ, ਉਹ ਵੀ ਤਾਂ 9 ਵਜੇ ਕਹਿ ਕੇ 12 ਵਜੇ ਆਉਣ ਵਾਲੇ। ਚੁੱਪ ਚੁੱਪ, ਮੈਨੂੰ ਲੱਗਦਾ ਇਸ ਜੋ ਸਾਹ ਆ ਗਏ। ਤੁਹਾਡੇ ਵੈਲਕਮ ਲਈ ਪਾਰਟੀ ਅਰੇਂਜ ਕੀਤੀ ਹੈ। ਪਾਰਟੀ? ਯੈਸ। ਥੈਂਕ ਯੂ ਵੈਰੀ ਮਚ। ਮੈਡਮ, ਜਸਵੀਰ ਨੂੰ ਕਹੋ ਸਮਾਨ ਲਗਾ ਦੇ। ਨਹੀਂ ਨਹੀਂ, ਹੁਣੇ ਨਹੀਂ, ਇਹ ਆਫਿਸ ਟਾਈਮ ਹੈ, ਬੈਠਾਂਗੇ ਸਾਰੇ ਲੰਚ ਬ੍ਰੇਕ 'ਚ, ਰਲ ਕੇ ਖਾਣਾ ਖਾਵਾਂਗੇ, ਪਰ ਪਹਿਲਾਂ ਕੰਮ। ਕਿੰਨੀਆਂ ਕੰਪਲੇਂਟਸ ਨੇ ਅੱਜ? ਜੀ ਸਰ, ਹੁਣ ਲੈ ਕੇ। ਬਹੁਤ ਸਾਰੀਆਂ ਕੰਪਲੇਂਟਸ ਨੇ, ਇਹ ਕੰਪਲੇਂਟਸ ਆਪਾਂ ਅੱਜ ਹੀ ਸਾਰੀਆਂ ਸੋਲਵ ਕਰਨੀਆਂ। ਐਨੀ ਪ੍ਰੋਬਲਮ? ਨੋ ਸਰ, ਥੈਂਕ ਯੂ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬਦਿਆ ਕਰ ਤਾਵਣੀ, ਤਾਂ ਕੋ ਆਖੈ ਤਨ, ਨਾਨਕ ਵੇਖੈ ਨਦਰ ਕਰ, ਚੜੈ ਚਵਗਣ ਵਨ। ਹਾਂ ਹਾਂ, ਇੱਥੋਂ ਹੀ ਚੈੱਕ ਕਰੋ ਯਾਰ, ਤੂੰ ਜਾਣੀ ਅੱਜ ਆਪਣੀ ਭਤੀਜੀ ਦੇ ਸ਼ੋਪ ਤੇ। ਉਹ ਜਾਣਾ ਹੈ? ਜਾਣਾ ਕਿਉਂ ਨਹੀਂ ਯਾਰ, ਬਸ ਇਹਨਾਂ ਨੂੰ ਇੱਕ ਵਾਰੀ ਖੰਭਿਆਂ 'ਤੇ ਚੜਾ ਦਈਏ। ਯਾਰ ਮੇਰੀ ਮਨੇ ਦਾ ਰਿਸਕ ਕਰਨ ਲਈ ਮੈਨੂੰ ਥੋੜ੍ਹਾ ਵੱਖਰੀ ਕਿਸਮ ਦਾ ਬੰਦਾ ਲੱਗਦਾ ਏ। ਯਾਰ ਪਹਿਲਾਂ ਪਹਿਲਾਂ ਤਾਂ ਨਾ ਐਵੇਂ ਇੰਪਰੈਸ਼ਨ ਬਣਾਉਂਦਾ, ਜਦੋਂ 2-4 ਵਾਰੀ ਮੁੱਠੀ ਗਰਮ ਕੀਤੀ ਆਪੇ ਆਪਣੇ ਅਰਗਾ ਹੋ ਜੂਗਾ। ਦਰਸ਼ਨ ਦੇਖਿਆ ਦਇਆ ਨਾ ਹੋਏ, ਲੈ ਦਿੱਤੇ ਬਿਨ ਰਹਿ ਨਾ ਕੋਏ। ਸਰ ਜੀ, ਇੱਥੋਂ ਹੀ ਸਪਲਾਈ ਬੰਦ ਹੈ ਜੀ, ਕਰ ਦਿਓ ਫਿਰ ਜਲਦੀ ਠੀਕ। Thank you.
ਯਾਰ ਤੂੰ ਕੰਪਲੇਂਟ ਹੱਲ ਕਰਵਾ ਲੇਗਾ ਤਾਂ ਮੈਂ ਜਾਵਾਂ ਫਿਰ। ਅੱਜ ਦਾ ਦਿਨ ਯਾਰ ਰਿਸਕ ਨਾ ਲੈ ਤੂੰ ਯਾਰ, ਐਂ ਡਰ ਡਰ ਕੇ ਕਿਤੇ ਨੌਕਰੀ ਹੁੰਦੀ ਆ। ਡਰਨ ਵਾਲੀ ਗੱਲ ਨਹੀਂ ਯਾਰ, ਪਹਿਲਾਂ ਪਹਿਲਾਂ ਦੇਣ ਹੈ, ਕਾਹਦੇ ਲਈ ਮੂਡ ਖਰਾਬ ਕਰਨਾ ਹੈ ਅਫਸਰ ਦਾ, ਨਾਲੇ ਆਪਣਾ ਕਿਹੋ ਜਿਹੇ ਨੇਚਰ ਦਾ ਬੰਦਾ ਕੋਈ ਪਤਾ ਨਹੀਂ ਉਹਦਾ, ਫਿਰ ਲਾਲ ਲਕੀਰ ਮਾਰਤੀ ਫੈਲ ਤੇ ਤੁਰੇ ਫਿਰਾਂਗੇ। ਲਾਲ ਲਕੀਰ, ਲਾਲ ਲਕੀਰ ਤਾਂ ਮੇਰੇ ਵੱਡਿਆਂ ਵੱਡਿਆਂ ਨੇ ਮਾਰੀ ਯਾਰ। ਉਹ ਗੱਲ ਨਹੀਂ ਹੈ ਯਾਰ, ਵੈਸੇ ਵੀ ਆਪਾਂ ਜੋ ਵੈਲਕਮ ਦੀ ਪਾਰਟੀ ਰੱਖੀ ਹੈ ਉਹ ਤਾਂ ਟੰਡ ਕਰਕੇ ਹੀ ਜਾਏਗਾ। ਚਲੋ ਠੀਕ ਆ, ਫਿਰ ਮੈਂ ਫੋਨ ਕਰ ਦਿੰਦਾ ਘਰੇ। ਹਾਂ, ਬਾਅਦ ਦੁਪਹਿਰ ਜਾਂਦਾ ਰਹੂੰਗਾ। ਵੀਰੋ, ਹੈਲੋ ਬੇਟੇ, ਅੱਜ ਤੁਸੀਂ ਫਿਰ ਆਪਦੀ ਆਂਟੀ ਨਾਲ ਸ਼ੋਪਿੰਗ ਕਰ ਲਿਓ, ਸ਼ਾਇਦ ਮੈਂ ਥੋੜ੍ਹਾ ਜਿਹਾ ਲੇਟ ਆਊਂਗਾ, ਸਾਡੇ ਪਾਰਟੀ ਆ ਇੱਕ ਛੋਟੀ ਜਿਹੀ ਦਫ਼ਤਰ। ਓਕੇ, ਹਾਂ ਹਾਂ, ਕਰ ਦਿਓ ਜਲਦੀ, ਸ਼ਾਬਾਸ਼। ਹੋ ਗਿਆ ਯਾਰ, ਕਰਾਂਗੇ ਯਾਰ, ਨਵੇਂ ਅਫਸਰ ਨੇ ਪੰਗਾ ਪਾਤਾ, ਪਹਿਲੇ ਦਿਨ ਹੀ ਆਣ ਕੇ ਲੈ ਲਾ ਪਾਰਟੀ ਹੁਣ ਉਹਦੇ। ਛੇਤੀ ਗੱਲ, ਹੋਰ ਵੀ ਬੜੀਆਂ ਕੰਪਲੇਂਟਾਂ ਪਈਆਂ ਏ। ਕਰਦਾ ਪਿਆ, ਕਰਕੇ ਹੀ ਉਤਰੂੰਗਾ ਹੁਣ, ਇਹਨੂੰ ਤਾਂ ਕਰ ਲਈਏ। ਯਾਰ ਆ ਜਾ ਹੁਣ ਕੇ, ਤੈਨੂੰ ਪੌੜੀ ਨਹੀਂ ਫੜ ਲਿਆ। ਜੀ ਸਰ, ਬੈਠੋ ਤੁਸੀਂ। ਸਰ, ਪੀਐਨ ਆਪਣਾ ਹੈ। ਪੀਐਨ? ਹਾਂਜੀ ਸਰ, ਪੀਐਨ ਆਪਣਾ। ਪੀਐਨ ਵੀ ਤਾਂ ਇਨਸਾਨ ਹੁੰਦਾ ਹੈ। ਬੈਠੋ ਤੁਸੀਂ, ਬੈਠੋ ਜਸਵੀਰ ਸਿੰਘ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਖਾਣਾ ਖਾਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਛ ਵਿਚਾਰ ਸਾਂਝੇ ਕਰਨੇ ਚਾਹੁੰਦਾ, ਆਗਿਆ ਮੈਨੂੰ? ਜੀ ਸਰ। ਦੇਖੋ, ਆਪਾਂ ਸਾਰੇ ਪਰਿਵਾਰ, ਇੱਥੇ ਕੋਈ ਵੱਡਾ ਛੋਟਾ ਨਹੀਂ, ਸਭ ਬਰਾਬਰ। ਆਪਾਂ ਸਾਰਿਆਂ ਨੂੰ ਪਰਮਾਤਮਾ ਨੇ ਕਿਰਤ ਦਿੱਤੀ ਹੈ, ਕਿਸੇ ਨੇ ਕੋਈ ਕੰਮ ਕਰਨਾ, ਕਿਸੇ ਨੇ ਕੋਈ। ਨਾਲੇ ਇਨਸਾਨ ਵੱਡਾ ਛੋਟਾ ਆਪਣੇ ਚੰਗੇ ਜਾਂ ਮੰਦੇ ਕੰਮਾਂ ਕਰਕੇ ਹੁੰਦਾ ਹੈ, ਇਸ ਕਰਕੇ ਨਹੀਂ ਕਿ ਉਹ ਕਿਹੜੀ ਪੋਸਟ 'ਤੇ ਕੰਮ ਕਰਦਾ ਹੈ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸਰ। ਦੇਖੋ, ਆਪਾਂ ਸਾਰੇ ਸੰਜੋਗੀ ਇਕੱਠੇ ਹੋਏ ਹਾਂ, ਤੁਸੀਂ ਸਾਰੇ ਹੀ ਪਿਆਰੇ ਹੋ ਮੈਨੂੰ। ਕੋਈ ਪਰਿਵਾਰ ਹੋਵੇ ਜਾਂ ਦਫ਼ਤਰ ਤਾਂ ਹੀ ਤਰੱਕੀ ਕਰਦਾ ਹੈ ਜੋ ਉਸ ਵਿੱਚ ਇਤਫਾਕ ਹੋਵੇ, ਉਸਦੇ ਕੁਝ ਅਸੂਲ ਹੋਣ। ਆਪਣਾ ਇਹੀ ਅਸੂਲ ਹੋਣਾ ਚਾਹੀਦਾ ਹੈ ਕਿ ਕੰਮ ਪ੍ਰਤੀ ਇਮਾਨਦਾਰੀ। ਸਰ, ਬਹੁਤ ਅੱਛਾ। ਤੁਸੀਂ ਸਾਰੇ ਜਾਣਦੇ ਹੋ, ਇਸ ਦਫ਼ਤਰ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਨੇ ਮਹਿਕਮੇ ਕੋਲ। ਆਪਾਂ ਸਾਰਿਆਂ ਨੇ ਮਿਲ ਕੇ ਇੰਨਾ ਸਾਫ਼ ਸੁਥਰਾ ਕੰਮ ਕਰਨਾ ਹੈ
ਕਿ ਕਿਸੇ ਨੂੰ ਕੋਈ ਸ਼ਿਕਾਇਤ ਰਹੇ ਨਾ ਸਾਡੇ ਪ੍ਰਤੀ। ਤੁਸੀਂ ਤਾਂ ਸਾਰੇ ਟੈਂਸੀ ਹੋ ਗਏ, ਅੱਜ ਤਾਂ ਖੁਸ਼ੀ ਦਾ ਦਿਨ ਹੈ ਤੁਹਾਡੇ ਸਾਰਿਆਂ ਦੇ, ਅੱਜ ਪਹਿਲੀ ਵਾਰ ਦਰਸ਼ਨ ਹੋਏ ਮੈਨੂੰ। ਚਲੋ ਚਾਹ ਪਾਣੀ ਛਕੀਏ, ਲੱਗਦਾ ਤੁਹਾਨੂੰ ਸਾਰਿਆਂ ਨੂੰ ਭੁੱਖ ਲੱਗੀ ਹੈ। ਲਓ ਸੁਰਜੀਤ ਸਿੰਘ ਜੀ। ਨਹੀਂ ਨਹੀਂ ਸਰ, ਤੁਸੀਂ ਲਓ। ਥੈਂਕ ਯੂ। ਚਲੋ ਤੁਸੀਂ ਲਓ ਜਸਵੀਰ ਸਿੰਘ। ਸ਼ਾਬਾਸ਼ ਬੱਚਿਓ, ਬਹੁਤ ਵਧੀਆ ਕੀਤਾ। ਅੱਜ ਪ੍ਰਿੰਸੀਪਲ ਸਾਹਿਬ ਨੇ ਤੁਹਾਨੂੰ ਦੇਖਣਾ, ਇਹ ਤੁਹਾਡੀ ਫਾਈਨਲ ਰਿਹਰਸਲ ਹੈ, ਬਿਲਕੁਲ ਇਸੇ ਤਰ੍ਹਾਂ ਕਰਨਾ। ਮੈਂ ਪ੍ਰਿੰਸੀਪਲ ਸਾਹਿਬ ਨੂੰ ਲੈ ਕੇ ਆਇਆ। ਬੱਚੇ ਬਹੁਤ ਅੱਛੀ ਤਰ੍ਹਾਂ ਕਰਨਾ ਹੈ ਅੱਜ, ਅੱਜ ਪ੍ਰਿੰਸੀਪਲ ਸਾਹਿਬ ਨੇ ਆ ਕੇ ਤੁਹਾਡੀ ਫਾਈਨਲ ਰਿਹਰਸਲ ਦੇਖਣੀ ਹੈ। ਬਹੁਤ ਅੱਛਾ ਜੀ, ਬਹੁਤ ਅੱਛਾ, ਬਹੁਤ ਚੰਗਾ ਜੀ, ਬਹੁਤ ਸੋਹਣਾ ਲੱਗਾ ਜੀ। ਗੁਰਪ੍ਰੀਤ ਸਿੰਘ ਜੀ, ਸਾਨੂੰ ਤੁਹਾਡੇ ਜਿਹੇ ਅਧਿਆਪਕਾਂ 'ਤੇ ਬਹੁਤ ਮਾਣ, ਜਿਹੜਾ ਕਿ ਤੁਸੀਂ ਬੱਚਿਆਂ ਨੂੰ ਇੰਨੀ ਮਿਹਨਤ ਕਰਾ ਰਹੇ ਹੋ ਅਤੇ ਇਹਨਾਂ ਦੇ ਚਰਿੱਤਰ ਵੀ ਬਹੁਤ ਚੰਗੇ ਹੋਣਗੇ, ਤੁਸੀਂ ਬਹੁਤ ਚੰਗੀ ਤਰ੍ਹਾਂ ਮਿਹਨਤ ਕਰ ਰਹੇ ਹੋ ਜੀ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਥੈਂਕ ਯੂ। ਸ਼ਾਬਾਸ਼ ਮੈਡਮ, ਬਹੁਤ ਚੰਗਾ ਕੰਮ ਕਰਾਇਆ ਜੀ। ਥੈਂਕ ਯੂ ਸਰ। ਬਾਪੂ ਜੀ ਕੁਛ ਹੋਰ ਲੈ ਕੇ ਆਵਾਂ? ਨਹੀਂ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁੱਤਰ ਕਿਵੇਂ ਰਿਹਾ ਤੁਹਾਡਾ ਅੱਜ ਨਵਾਂ ਸਟੇਸ਼ਨ? ਕਿਰਪਾ ਵਾਹਿਗੁਰੂ ਜੀ। ਅੱਛਾ,
ਉੱਥੇ ਵੀ ਦੋ ਗੁਰਮੁਖ ਮਿਲਾ ਦਿੱਤੇ ਜੋ ਵਾਹਿਗੁਰੂ ਨਾਲ ਜੁੜੇ ਹੋਏ ਨੇ। ਇੱਕ ਤਾਂ ਜਸਵੀਰ ਸਿੰਘ ਸੇਵਾਦਾਰ ਦੀ ਪੋਸਟ 'ਤੇ ਕੰਮ ਕਰਦਾ, ਇੱਕ ਗੁਰਪ੍ਰੀਤ ਸਿੰਘ ਕਲਰਕ ਦੀ ਪੋਸਟ 'ਤੇ ਕੰਮ ਕਰਦਾ। ਫਿਰ ਤਾਂ ਕਿਰਪਾ ਹੈ ਪਰਮਾਤਮਾ ਦੀ, ਉੱਥੇ ਵੀ ਸਤਸੰਗੀ ਮਿਲਾ ਦਿੱਤੇ ਹਨ। ਬਾਕੀਆਂ ਨੇ ਵੀ ਹੋ ਜਾਣਾ ਸਤਸੰਗੀ ਬਾਪੂ ਜੀ, ਜਦੋਂ ਇਸ ਗੱਲ ਦੀ ਸੋਝੀ ਆ ਗਈ ਕਿ ਪਰਮਾਤਮਾ ਨੇ ਸਾਨੂੰ ਇਸ ਧਰਤੀ 'ਤੇ ਕਾਹਦੇ ਲਈ ਭੇਜਿਆ। ਵਾਹਿਗੁਰੂ ਵਾਹਿਗੁਰੂ ਆਲੋ ਦਾਦਾ ਜੀ। ਵਾਹਿਗੁਰੂ ਤੁਹਾਨੂੰ ਗੁਰੂ ਸਾਹਿਬ ਦੇ ਇਹਨਾਂ ਵਿਚਾਰਾਂ ਤੇ ਚੱਲਣ ਦੀ ਸੋਝੀ ਬਖਸ਼ੇ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਅੱਖੀ ਬਾਜੋ ਵੇਖਣਾ ਵਿਣ ਕੰਨਾ ਸੁਣਨਾ ਪੈਰਾਂ ਬਾਜੋ ਚੱਲਣਾ ਵਿਣ ਹੱਥਾਂ ਕਰਨਾ ਜੀਬੇ ਬਾਜੋ ਬੋਲਣਾ ਇਉਂ ਜੀਵਤ ਮਰਣਾ ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਅਗਮ ਅਗਾਦ ਸੁਣੋ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀ ਅੱਜ ਤਾਂ ਬੜੀ ਮਹਾਰਾਜ ਦੀ ਕਿਰਪਾ ਹੋਈ ਹੈ ਸਾਰਿਆਂ ਬਹੁਤ ਹੀ ਸੋਹਣੀ ਰਾਤ ਬਤੀਤ ਕੀਤੀ ਇਕੱਠਿਆਂ ਹੀ ਹਾਂਜੀ ਬਹੁਤ ਕਿਰਪਾ ਹੋਈ ਹੈ ਅੱਛਾ ਹੁਣ ਫਿਰ ਇੰਝ ਕਰੋ ਤੁਸੀਂ ਕਰੋ ਇਸ਼ਨਾਨ ਤੇ ਆਪਾਂ ਫਿਰ ਨਿਤਨੇਮ ਕਰੀਏ ਕੀ ਪੜ੍ਹਦੀ ਆ ਕਿਰਨ ਬੜੀ ਇੰਟਰਸਟਿੰਗ ਕਹਾਣੀਆਂ ਨੇ ਰਾਜਾ ਰਾਣੀਆਂ ਦੀਆਂ ਅੱਛਾ ਨਹੀਂ ਦੇਖਿਆ ਹੀ ਨੀ ਗਿਆ ਮੈਂ ਤਾਂ ਕਿਹਾ ਸੀ ਤੇਰੇ ਕੋਲ ਸੁਣ ਲਾਂਗੀ ਵੀ ਕੀ ਬਣਿਆ ਬੰਦਨਾ ਦਾ ਹੋ ਗਿਆ ਤਲਾਕ ਉਸ ਦਾ ਹਸਬੈਂਡ ਦੇ ਨਾਲ ਤਲਾਕ ਨਹੀਂ ਦੇਣਾ ਉਹਨੇ ਅਜੇ ਚੰਗੀ ਤਰ੍ਹਾਂ ਤੰਗ ਕਰ ਰਹੇ ਉਹਨੇ ਉਸ ਮੂਰਖ ਨੂੰ ਨਹੀਂ ਮੈਨੂੰ ਤੇ ਵਿਚਾਰ ਤੇ ਤਰਸ ਆਉਂਦਾ ਹੈ ਕਿੰਨਾ ਕਰਦਾ ਹੈ ਉਸਦਾ ਪਰ ਉਹ ਸਮਝਦੀ ਕੁਛ ਨਹੀਂ ਉਸਨੂੰ ਇਹ ਤਾਂ ਖੂਬਸੂਰਤੀ ਹੈ ਉਹਦੇ ਕਰੈਕਟਰ ਦੀ ਰਸੀਵਰ ਉੱਪਰ ਰੱਖਦੇ ਮੇਰੇ ਵੀ ਹਸਬੈਂਡ ਦਾ ਫੋਨ ਆ ਜਾਣਾ ਉਹਨੇ ਕਹਿਣਾ ਪਤਾ ਨਹੀਂ ਕਾਹਤੋਂ ਨਹੀਂ ਚੱਕਦੀ ਹਸਬੈਂਡ ਬਹੁਤ ਯਾਦ ਆਉਂਦਾ ਤੈਨੂੰ ਹੈਲੋ 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 ਬਿਜਲੀ ਮਹਿਕਮਾ ਉਹ ਤਾਂ ਤੁਹਾਡੇ ਕੰਮਾਂ ਤੋਂ ਹੀ ਪਤਾ ਲੱਗਦਾ ਵੀ ਕਿਹੜਾ ਮਹਿਕਮਾ ਹੈ ਜੀ ਕਿੰਨਾ ਚਿਰ ਦਾ ਫੋਨ ਕਰੀ ਜਾਂਦਾ ਤੁਸੀਂ ਫੋਨ ਹੀ ਨਹੀਂ ਚੱਕਦੇ ਮੈਨੂੰ ਤਾਂ ਸ਼ਰਮ ਆਉਂਦੀ ਹੁਣ ਫੋਨ ਕਰਦਿਆਂ ਨੂੰ ਵੀ ਤੁਸੀਂ ਮੇਰੀ ਅਰਜ਼ੀ 'ਤੇ ਕੋਈ ਗੌਰ ਕੀਤਾ ਵੀ ਆ ਕੇ ਨਹੀਂ ਕਿਹੜੀ ਅਰਜ਼ੀ ਅੱਛਾ ਹੁਣ ਇਹ ਵੀ ਯਾਦ ਨਹੀਂ ਵੀ ਅਰਜ਼ੀ ਕਿਹੜੀ ਸੀ ਅਤੇ ਮੇਰੀਆਂ ਜੁੱਤੀਆਂ ਕਰਦੀਆਂ ਤੁਹਾਡੇ ਦਫ਼ਤਰ ਦੇ ਚੱਕਰ ਮਾਰ ਮਾਰ ਕੇ ਹੁਣ ਸਿੱਧੀ ਗੱਲ ਦੱਸੋ ਵੀ ਮੇਰਾ ਕੰਮ ਕਰਨਾ ਵੀ ਆ ਕਿ ਨਹੀਂ ਮੈਨੂੰ ਕੰਮ ਵੀ ਤਾਂ ਪਤਾ ਹੋਵੇ ਹੁਣ ਇਹ ਵੀ ਮੈਨੂੰ ਯਾਦ ਕਰਾਉਣਾ ਪਊ ਬਈ ਕਿਹੜਾ ਕੰਮ ਸੀ ਉਹੀ ਜਿਹਦੇ 2000 ਰੁਪਈਏ ਲੈ ਕੇ ਜੇਬਾਂ 'ਚ ਪਾ ਲਏ ਤੁਸੀਂ ਬਈ ਮੋਟਰ ਦਾ ਕਨੈਕਸ਼ਨ ਦੇ ਦਿਆਂਗੇ ਹੈ ਕਿਹਨੂੰ ਦਿੱਤੇ ਸੀ ਰੁਪਏ ਤੁਹਾਨੂੰ ਹੋਰ ਕਿਹਨੂੰ ਮੈਂ ਆਵਾਜ਼ ਪਛਾਣਦਾ ਤੁਹਾਡੀ ਦਰਸ਼ਨ ਸਿੰਘ ਬੋਲਦੇ ਆ ਨਾ ਜੀ ਨਹੀਂ ਮੈਂ SDO ਬੋਲਦਾ ਗੁਰਸੇਵਕ ਸਿੰਘ ਕੱਲ੍ਹ ਹੀ ਬਦਲੀ ਹੋਈ ਹੈ ਮੇਰੀ ਇੱਥੇ ਹੈਂਜੀ SDO ਸਾਹਿਬ ਨਵੇਂ ਆਏ ਹੋ ਤੁਸੀਂ ਜੀ SDO ਸਾਹਿਬ ਮੇਰਾ ਕੰਮ ਕਰਵਾ ਦਿਓ ਜੀ ਜਿਵੇਂ ਆਖੋ ਉਵੇਂ ਹੀ ਕਰ ਲਵਾਂਗੇ ਮੈਂ ਤਾਂ ਔਖਾ ਹੋਇਆ ਪਿਆ ਤੁਸੀਂ ਘਬਰਾਓ ਨਾ ਕੱਲ੍ਹ ਮੈਨੂੰ ਦਫ਼ਤਰ ਆ ਕੇ ਮਿਲੋ ਤੁਹਾਡਾ ਕੰਮ ਜ਼ਰੂਰ ਹੋਵੇਗਾ ਜੇ ਜਾਇਜ਼ ਹੋਇਆ ਤਾਂ ਹੈ ਜੀ ਅਸੀਂ ਇਹਨਾਂ ਕੁਰਸੀਆਂ 'ਤੇ ਤੁਹਾਡੀਆਂ ਸਮੱਸਿਆਵਾਂ ਹੱਲ ਕਰਨ ਲਈ ਹੀ ਬੈਠੇ ਹਾਂ ਅੱਛਾ ਮੈਂ ਕੱਲ੍ਹ ਆ ਜਾਵਾਂ ਫਿਰ ਜੀ ਹਾਂ ਹਾਂ ਜ਼ਰੂਰ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਜੇ ਰਾਣੀ ਦਾ ਕਹਾਣੀਆਂ ਬਹੁਤ ਸੋਹਣੀਆਂ ਨੇ ਮੈਡਮ ਕਿਰਨ ਜੀ ਫੋਨ ਖਰਾਬ ਆਪਣਾ ਨੋ ਸਰ ਨੋ ਸਰ ਫਿਰ ਚੁੱਕਦੇ ਕਿਉਂ ਸਰ ਫੋਨ 'ਤੇ ਕੋਈ ਆਇਆ ਹੀ ਨਹੀਂ ਸੀ ਦੇਖੋ ਮੈਡਮ ਕਿਰਨ ਜੀ ਫੋਨ ਤਾਂ ਕਈ ਵਾਰ ਆਇਆ ਪਰ ਤੁਹਾਡੇ ਕੋਲ ਸੁਣਨ ਦੀ ਫੁਰਸਤ ਨਹੀਂ ਸੀ ਸੁਣ ਲਿਆ ਕਰੋ ਕਿਸੇ ਦਾ ਜ਼ਰੂਰੀ ਕੰਮ ਵੀ ਹੋ ਸਕਦਾ ਸੋਰੀ ਸਰ ਸੋਰੀ ਸਰ ਸੋਰੀ ਅਮਰਜੀਤ ਮੈਡਮ ਜੀ ਸਰ ਜਿੰਨੀਆਂ ਵੀ ਮੋਟਰਾਂ ਦੇ ਕਨੈਕਸ਼ਨਾਂ ਦੀ ਅਰਜ਼ੀਆਂ ਆਈਆਂ ਜੀ ਸਰ ਸਾਰੀਆਂ ਫਾਈਲਾਂ ਮੇਰੇ ਕੋਲ ਲੈ ਕੇ ਆਓ ਜੀ ਸਰ
ਮੈਂ ਤੈਨੂੰ ਪਹਿਲੇ ਕਿਹਾ ਸੀ ਬਹੁਤ ਅਜੀਬ ਜੀ ਪਰਸਨੈਲਿਟੀ ਇਸ ਬੰਦੇ ਦੀ। ਜਾ ਤੂੰ ਫਾਈਲਾਂ ਲੈ ਕੇ ਜਾ। ਕਲਯੁਗ ਮਹਿ ਕੀਰਤਨ ਪਰਦਾਨਾ ਗੁਰਮੁਖ ਜਪੀਐ ਲਾਏ ਧਿਆਨਾ। ਠੀਕ ਹੈ ਆ ਗਈ ਸਮਝ ਸਰ? ਇੱਕ ਵਾਰ ਦੁਬਾਰਾ ਦੱਸੋ ਪਲੀਜ਼। ਇਹ ਵਾਲਾ ਹੱਥ ਆਪਾਂ ਸ਼ਾਹੀ ਤੋਂ ਉਰੇ ਰੱਖਣਾ ਥੋੜ੍ਹਾ ਜਿਹਾ। ਠੀਕ। ਔਰ ਇਹ ਉਂਗਲ ਅਤੇ ਇਹ ਤਿੰਨ ਉਂਗਲਾਂ ਚੱਕਣੀਆਂ। ਠੀਕ ਹੈ ਠੀਕ ਹੈ ਠੀਕ ਹੈ। ਔਰ ਇਹ ਵਾਲਾ ਹੱਥ ਇੱਥੇ ਰੱਖਣਾ ਬਿਲਕੁਲ ਸਿੱਧਾ। ਠੀਕ। ਇਹ ਦੋਨੋਂ ਉਂਗਲਾਂ ਚੱਕਣੀਆਂ ਨੇ। ਠੀਕ। ਹਾਂਜੀ ਸ਼ੇਰ ਸਿੰਘ ਤੁਸੀਂ ਵਜਾ ਕੇ ਦੇ ਦਿਓ। ਇਸੇ ਤਰ੍ਹਾਂ ਚਾਚੀ ਨਾਲ ਐਤਕੀ ਠੋਕ ਕੇ ਕਹਿ ਕੇ ਆਈ ਉਹਨਾਂ ਨੂੰ। ਉਹਨਾਂ ਨੂੰ ਕਹੀ ਵੀ ਇਹ ਕੋਈ ਕਾਇਦਾ ਹੈ ਕਿ ਆਂਢ ਗੁਆਂਢ ਨੂੰ ਸੌਣ ਵੀ ਨਾ ਦਿਓ। ਦੁਰਮਤ ਪਾਗਹੀਨ ਮਤ ਫੀਕੇ ਨਾਮ ਸੁਣ ਤੇ ਆਵੇ ਮਨ ਰੋਹੈ ਕਉਆ ਕਾਗ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤੈ ਵਿਸਟਾ ਖਾਏ ਮੁਖ ਗੋਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏ ਭੈਣ ਜੀ। ਹਾਂਜੀ ਭੈਣ ਜੀ ਕੀ ਗੱਲ ਹੋਈ? ਭੈਣ ਜੀ ਫਿਰ ਟੈਂਡਰ ਰੈਲੀ ਤੁਸੀਂ ਤੰਗ ਕਰ ਛੱਡਿਆ ਵਾ, ਕੱਟ ਰੌਲਾ ਪਾਇਆ ਕਰੋ। ਕੋਈ ਗੱਲ ਨਹੀਂ ਭੈਣ ਜੀ, ਮੈਂ ਹੁਣੇ ਕਹਿ ਦਿੰਦੀ ਬੱਚਿਆਂ ਨੂੰ। ਗੁਰਪ੍ਰੀਤ ਬੇਟੇ ਗੁਰਪ੍ਰੀਤ
ਬੂਹਾ ਬੰਦ ਕਰ ਲਓ ਬੱਚੇ। ਅਸਲ ਵਿੱਚ ਨਾ ਭੈਣ ਜੀ, ਕਾਕਾ ਬੱਚਿਆਂ ਨੂੰ ਹਾਰਮੋਨੀਅਮ ਤੇ ਤਬਲਾ ਸਿਖਾ ਰਿਹਾ। ਹਾਰਮੋਨੀਆ ਤਬਲਾ ਸਿਖਾਉਂਦਾ ਵਾ, ਤੁਸੀਂ ਤਾਂ ਸਿਖਾ ਸਿਖਾ ਕੇ ਵੱਟਣੇ ਆ ਪੈਸੇ, ਰੱਖਣੀਆਂ ਟਿਊਸ਼ਨਾਂ। ਸਾਡਾ ਤਾਂ ਕਰਤਾ ਦਿਮਾਗ ਖੋਖਲਾ ਤੁਸੀਂ। ਟਿਊਸ਼ਨ ਹੀ ਪੜ੍ਹਾਉਂਦੀ ਆਂਟੀ ਜੀ, ਵੀਰ ਜੀ ਬੱਚਿਆਂ ਨੂੰ ਸ਼ਬਦ ਕੀਰਤਨ ਸਿਖਾਉਂਦੀ ਆ, ਤੁਸੀਂ ਵੀ ਸਿੱਖੋ, ਆਪਾਂ ਰਲ ਕੇ ਕੀਰਤਨ ਕਰਾਂਗੇ। ਸਿੱਖਾਂਗੇ। ਬੈਠੋ ਭੈਣ ਜੀ, ਚਾਹ ਪੀ ਕੇ ਜਾਇਓ। ਆ ਰੋਜ਼ ਚਾਹ ਹੀ ਪੀਂਦੇ ਆ। ਮੈਂ ਇੱਕ ਮਿੰਟ ਆਇਆ। ਕੀ ਗੱਲ ਹੋਈ ਵੀ ਜੀ? ਕੁਛ ਨਹੀਂ ਬੇਟੇ, ਤੁਸੀਂ ਕਰੋ ਆਪਣਾ ਕੰਮ। ਕੀ ਗੱਲ ਹੋਈ ਸੀ? ਵੀਰ ਜੀ, ਅੱਜ ਡਿਪਟੀ ਦੇ ਬੀਬੀ ਜੀ ਆਏ ਸੀਗੇ, ਕਹਿੰਦੇ ਸੀ ਕੈਂਟਾ ਕਿਉਂ ਕਰਦੇ ਹੋ? ਅਜੇ ਸੋਝੀ ਨਹੀਂ ਨਾ ਭੈਣ ਇਹਨਾਂ ਨੂੰ, ਜਦੋਂ ਸੋਝੀ ਆ ਗਈ ਇਹਨਾਂ ਨੇ ਤਾਂ ਆਪ ਚੱਲ ਕਹਿਣਾ ਸਾਡੇ ਕੋਲ ਕਿ ਸਾਨੂੰ ਵੀ ਸਿਖਾ ਦਿਓ ਕੀਰਤਨ। ਚਾਚੀ ਠੋਕ ਕੇ ਕਹਿਣਾ ਸੀ ਉਹਨਾਂ ਨੂੰ, ਉਹਨਾਂ ਨੂੰ ਕਹਿਣਾ ਸੀ ਵੀ ਤੁਸੀਂ ਤਬਲਾ ਸਿਖਾ ਕੇ ਪੈਸੇ ਵੱਟਣੇ ਆ ਤੇ ਵੱਟੋ, ਤੇ ਗੁਆਂਢੀਆਂ ਨੇ ਕੀ ਵਿਗਾੜਿਆ, ਉਹਨਾਂ ਨੂੰ ਕਾਹਤੋਂ ਨੀ ਸੌਣ ਦਿੰਦੇ? ਲੋਕ ਕਿਤੇ ਮੰਨਦੇ ਹੋ ਕਿਤੇ ਕਿਸੇ ਦੇ? ਉਹ ਕਿਤੇ ਆਉਂਦੇ ਵੀ ਪੈਸੇ ਵੱਟਦੇ ਆ, ਉਹਦੇ ਸੇਵਾ ਕਰਦੇ ਆ, ਬੱਚਿਆਂ ਨੂੰ ਕੀਰਤਨ ਸਿਖਾਉਂਦੇ ਆ। ਕਰਦੇ ਆ ਸੇਵਾ, ਮੂਰਖ ਬਣਾਉਂਦੇ ਲੋਕਾਂ ਨੂੰ। ਇਹੋ ਜਿਹੇ ਜ਼ਮਾਨੇ 'ਚ ਭਲਾ ਕੋਈ ਮੁਫ਼ਤ 'ਚ ਕਰਦਾ ਸੇਵਾ ਆਪਣਾ ਟਾਈਮ ਗਾਲ ਕੇ? ਆਖਿਆ ਸੀ ਮੈਂ, ਪਰ ਕਿਤੇ ਉਹ ਪੈਰ ਲੱਗਣ ਦਿੰਦੇ ਆ। ਉਹਨਾਂ ਦੀ ਕੁੜੀ ਜੀ ਬੜੀ ਤੇਜ਼ ਆ, ਕਹਿੰਦੀ ਆਂਟੀ ਜੀ ਤੁਸੀਂ ਵੀ ਸਿੱਖਣ ਆਇਆ ਕਰੋ ਕੀਰਤਨ, ਆਪਾਂ ਰਲ ਕੇ ਕਰਿਆ ਕਰੀਏ। ਓਹੋ, ਰੱਬ ਬਚਾਵੇ ਇਹੋ ਜਿਹੇ ਗੁਆਂਢੀਆਂ ਤੋਂ, ਸਾਰਾ ਦਿਨ ਰੌਲਾ। ਪਤਾ ਨਹੀਂ ਇਹ ਕਿਹੋ ਜਿਹੀ ਸ਼ਾਮਤ ਹੈ, ਮੇਰੇ ਕੋਲੋਂ ਨਹੀਂ ਸੁੱਤਾ ਜਾਂਦਾ ਇੰਨੇ ਰੌਲੇ 'ਚ। ਚਾਚੀ ਤੂੰ ਐਵੇਂ ਕਰ, ਆਪਣੇ ਬੂਹੇ ਬਾਰੀਆਂ ਬੰਦ ਕਰ ਲਾ। ਹੁਣ ਤਾਂ ਲੱਗਦਾ ਕੁਛ ਰੌਲਾ ਘੱਟ ਗਿਆ ਏ। ਠੀਕ ਹੈ, ਨਹੀਂ ਜੀ ਹੁਣ ਟੈਂਡ ਦੀ ਆਵਾਜ਼ ਆਈ ਨਾ, ਮੈਂ ਆਪ ਬੰਦ ਕਰਾ ਕੇ ਆਊਂ ਫਿਰ। ਮਾਈ ਡੀਅਰ ਸਿਸਟਰ, ਹੈਲੋ ਗਰਮ ਗਰਮ ਚਾਹ। ਕੀ ਗੱਲ ਹੋਈ ਤੈਨੂੰ, ਕੋਈ ਦਸ ਨੋਵਲ ਪੜ੍ਹ ਲਿਆ? ਨਹੀਂ। ਹੋਰ ਕੀ ਗੱਲ ਹੈ ਫਿਰ, ਬੌਸ ਨੇ ਕੁਛ ਕਿਹਾ? ਨਹੀਂ। ਦੱਸ ਨਾ ਯਾਰ ਫਿਰ ਹੋਰ ਕੀ ਗੱਲ ਆ? ਬੌਸ ਨੇ ਕੁਛ ਕਿਹਾ ਹੀ ਨਹੀਂ, ਇਹ ਗੱਲ ਹੋਈ। ਬੌਸ ਨੇ ਕੁਛ ਨਹੀਂ ਕਿਹਾ ਤੇ ਤੂੰ ਉਦਾਸ ਹੋ ਗਈ, ਇਹ ਕੀ ਗੱਲ ਹੋਈ? ਉਹ ਬਹੁਤ ਚੰਗੇ ਇਨਸਾਨ ਨੇ, ਉਹਨਾਂ ਤੋਂ ਕੁਛ ਨਾ ਕਹਿਣਾ ਹੀ ਮੈਨੂੰ ਚੰਗਾ ਨਹੀਂ ਲੱਗਿਆ। ਗੁੱਸੇ ਹੁੰਦੇ ਤਾਂ ਮੈਨੂੰ ਅਫਸੋਸ ਨਹੀਂ ਹੁੰਦਾ। ਤੂੰ ਕੀ ਕੀਤਾ ਸੀ? ਮੈਂ ਸਟੋਰੀਜ਼ ਪੜ੍ਹ ਰਹੀ ਸੀ, ਫੋਨ ਦਾ ਰਿਸੀਵਰ ਚੁੱਕੀ ਪਾਸੇ ਰੱਖਿਆ ਹੋਇਆ ਸੀ, ਫੋਨ ਨਹੀਂ ਸੀ ਅਟੈਂਡ ਕਰ ਰਹੀ ਸੀ। ਅਮਰਜੀਤ ਕੋਲ ਬੈਠੀ ਸਵੈਟਰ ਬੁਣ ਰਹੀ ਸੀ, ਅਸੀਂ ਦੋਨੋਂ ਸੀਰੀਅਲ ਦੇ ਡਾਇਲੋਗ ਸੁਣਾ ਸੁਣਾ ਕੇ ਹੱਸ ਰਹੀਆਂ ਸੀ। ਉੱਪਰੋਂ SDO ਸਾਹਿਬ ਆ ਗਏ, ਫਿਰ ਕਹਿੰਦੇ ਫੋਨ ਖਰਾਬ ਹੈ। ਤੂੰ ਕੀ ਕਿਹਾ ਫਿਰ? ਮੈਂ ਕਿਹਾ ਸਰ ਫੋਨ ਤਾਂ ਬਿਲਕੁਲ ਠੀਕ ਹੈ। ਕਹਿੰਦੀ ਚੁੱਕਦੇ ਕਿਉਂ ਨਹੀਂ, ਅਟੈਂਡ ਕਿਉਂ ਨਹੀਂ ਕਰਦੇ? ਮੈਂ ਕਿਹਾ ਸਰ ਫੋਨ ਤਾਂ ਕਿਸੇ ਦਾ ਆਇਆ ਨਹੀਂ। ਮੈਂ ਝੂਠ ਬੋਲ ਦਿੱਤਾ, ਉਹਨਾਂ ਨੂੰ ਮੇਰੇ ਝੂਠ ਦਾ ਪਤਾ ਲੱਗ ਗਿਆ, ਫਿਰ ਵੀ ਉਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ, ਇੰਨਾ ਹੀ ਕਿਹਾ ਕਹਿੰਦੇ ਚੁੱਕ ਲਈਦਾ, ਕਿਸੇ ਦਾ ਜ਼ਰੂਰੀ ਕੰਮ ਵੀ ਹੋ ਸਕਦਾ। ਫਿਰ ਤੂੰ ਕੀ ਕਿਹਾ? ਕਹਿਣਾ ਕੀ ਸੀ, ਮੇਰੇ ਕੋਲ ਤਾਂ ਉਹਨਾਂ ਵੱਲ ਵੇਖਿਆ ਹੀ ਨਹੀਂ ਗਿਆ, ਪਤਾ ਨਹੀਂ ਕੀ ਉਹਨਾਂ ਦੀ ਪਰਸਨੈਲਿਟੀ ਵਿੱਚ। ਗੁੱਸੇ ਨਾਲ ਕੁਛ ਨਹੀਂ ਕਿਹਾ ਮੈਂ, ਬੌਸ ਸੀ ਮੇਰੇ, ਬਹੁਤ ਕੁਛ ਕਹਿ ਸਕਦੇ ਸੀ, ਮੈਂ ਸ਼ਿਕਾਇਤ ਕਰ ਸਕਦੇ ਸੀ, ਪਰ ਉਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ। ਪਹਿਲੇ ਵਾਲੇ ਹੁੰਦੇ ਤਾਂ ਬਹੁਤ ਗੁੱਸੇ ਹੁੰਦੇ ਅਤੇ ਮੈਨੂੰ ਵੀ ਅਫਸੋਸ ਨਾ ਹੁੰਦਾ। ਫਿਰ ਤਾਂ ਤੈਨੂੰ ਉਹਨਾਂ ਦੀ ਇਸ ਗੱਲ ਤੋਂ ਬਹੁਤ ਕੁਛ ਸਿੱਖਣਾ ਚਾਹੀਦਾ ਹੈ। ਸਭ ਤੋਂ ਪਹਿਲੇ ਤਾਂ ਕੱਲ੍ਹ ਉਹਨਾਂ ਤੋਂ ਜਾ ਕੇ ਆਪਣੀ ਇਸ ਗਲਤੀ ਦੀ ਮਾਫ਼ੀ ਮੰਗੀ ਅਤੇ ਫਿਰ ਆਪਣੇ ਦਿਮਾਗ 'ਚ ਇਹ ਗੱਲ ਪਾ ਲਈ ਕਿ ਇਹੋ ਜਿਹੀ ਗਲਤੀ ਦੁਬਾਰਾ ਰਿਪੀਟ ਨਾ ਹੋਵੇ। ਓਕੇ ਓਕੇ, ਲੈ ਫਿਰ ਹੁਣ ਚਾਹ ਪੀ। Thank you.
ਜਸਵੀਰ ਸਿੰਘ ਜੀ ਪਾਣੀ ਪਿਲਾਓਗੇ? ਸਰ ਤੁਸੀਂ ਜਸਵੀਰ ਸਿੰਘ ਕਿੱਥੇ ਹੈ? ਉਹਦੀ ਤਬੀਅਤ ਠੀਕ ਨਹੀਂ ਹੈ ਜੀ, ਛੁੱਟੀ 'ਤੇ। ਸੋਰੀ ਸਰ, ਮੈਂ ਉਸਨੂੰ ਧੁੱਪੇ ਬਿਠਾਇਆ, ਸ਼ਾਇਦ ਠੰਡ ਲੱਗ ਗਈ ਹੈ ਉਸਨੂੰ। ਠੰਡ? ਸਰ ਕੋਈ ਕੰਮ ਹੈ ਤਾਂ ਮੈਨੂੰ ਦੱਸ ਦਿਓ, ਮੈਂ ਕਰ ਦਿੰਦਾ। ਠੀਕ ਹੈ, ਇਉਂ ਕਰੋ, ਉਸਨੂੰ ਡਾਕਟਰ ਦਵਾਈ ਦਵਾ ਘਰ ਛੱਡ ਕੇ ਆਓ ਜੀ। ਹਾਲੋ ਪੈਸੇ, ਤੁਸੀਂ ਉਸਨੂੰ ਦਵਾਈ ਦਵਾ ਘਰ ਛੱਡ ਕੇ। ਸਰ ਪੈਸੇ ਹੈ ਮੇਰੇ ਕੋਲ। ਠੀਕ ਹੈ ਫਿਰ, ਦਵਾਈ ਦਵਾ ਘਰ ਛੱਡ ਕੇ ਆਓ ਜੀ। ਸਰ ਕਿੰਨੀ ਕਿਰਪਾ ਤੇ ਤੂੰ ਮੈਨੂੰ ਇੰਨੇ ਪਿਆਰੇ ਇਨਸਾਨ ਬਣਾਇਆ। ਤੁਸੀਂ ਗਏ ਨਹੀਂ ਅਜੇ ਤੱਕ? ਸ਼ੁਕਰੀਆ ਸਰ, ਸ਼ੁਕਰੀਆ। ਨਾ ਨਾ ਸ਼ੁਕਰੀਆ ਵਾਲੀ ਕੋਈ ਗੱਲ ਨਹੀਂ, ਸ਼ੁਕਰੀਆ ਸਰ। ਸ਼ੁਕਰੀਆ ਤਾਂ ਬਹੁਤ ਬੁਖਾਰ ਹੈ ਗੁਰਪ੍ਰੀਤ ਜੀ। ਹਾਂਜੀ ਸਰ, ਇਹਨੂੰ ਡਾਕਟਰ ਤੋਂ ਦਵਾਈ ਦਵਾ ਕੇ ਘਰ ਛੱਡ ਕੇ ਆਓ। ਠੀਕ ਹੈ ਸਰ। ਹਾਂਜੀ, ਐਸ ਟੀ ਓ ਗੁਰਸੇਵ ਸਿੰਘ ਬੋਲ ਰਿਹਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਨਹੀਂ ਨਹੀਂ ਹੁਣ ਹੋ ਜਾਊਗਾ ਜੀ, ਮਾਫ ਕਰਨਾ ਤੁਹਾਨੂੰ ਤਕਲੀਫ ਹੋਈ ਜੀ। ਨਹੀਂ ਵੀਰ ਜੀ, ਪੱਕਾ ਹੋ ਜਾਊਗਾ, ਹੁਣ ਮੈਂ ਖੁਦ ਕਰਵਾ ਦਿੰਦਾ ਹੁਣੇ। ਨਹੀਂ ਹੁਣ ਕੋਈ ਸ਼ਿਕਾਇਤ ਨਹੀਂ ਰਹਿਣ ਦਿੰਦੇ ਜੀ। ਅੱਛਾ ਸਤਿ ਸ਼੍ਰੀ ਅਕਾਲ। ਦੇਖੋ ਮੈਡਮ ਕਿਰਨ, ਜਦੋਂ ਇਨਸਾਨ ਨੂੰ ਆਪਣੀ ਗਲਤੀ ਦਾ ਖੁਦ ਅਹਿਸਾਸ ਹੋ ਜਾਂਦਾ ਹੈ ਤੇ ਗਲਤੀ ਆਪਣੇ ਆਪ ਮਾਫੀ ਯੋਗ ਹੋ ਜਾਂਦੀ ਹੈ। ਸਰ ਮੈਂ ਤੁਹਾਡੀ ਜਗ੍ਹਾ ਆਉਂਦੀ ਬਹੁਤ ਕੁਛ ਕਹਿੰਦੀ, ਪਰ ਤੁਸੀਂ ਕੁਛ ਕਿਹਾ ਹੀ ਨਹੀਂ। ਤੁਹਾਡਾ ਸੁਭਾਅ ਤਰ੍ਹਾਂ ਕਿਵੇਂ ਬਣਿਆ, ਤੁਹਾਨੂੰ ਗੁੱਸਾ ਹੀ ਨਹੀਂ ਆਉਂਦਾ। ਤੁਸੀਂ ਵੀ ਸਿਮਰਨ ਕਰਿਆ ਕਰੋ, ਤੁਹਾਨੂੰ ਵੀ ਨਹੀਂ ਆਏਗਾ। ਸਰ ਸਿਮਰਨ ਉਹ ਕੀ ਹੁੰਦਾ, ਉਹ ਕਿਵੇਂ ਕਰੀਦਾ? ਵਾਹਿਗੁਰੂ ਪਰਮਾਤਮਾ ਦਾ ਨਾਮ ਲਈਦਾ, ਉਸਤਤ ਕਰੀਦੀ ਉਸਦੀ, ਜਿਸਨੇ ਸਾਨੂੰ ਇਸ ਧਰਤੀ 'ਤੇ ਭੇਜਿਆ, ਮਨੁੱਖੀ ਜਾਮਾ ਦਿੱਤਾ। ਸਰ ਭਗਵਾਨ ਦਾ ਨਾਮ ਤਾਂ ਲੈਣੀ ਆ, ਪਰ ਮਨ ਹੀ ਨਹੀਂ ਲੱਗਦਾ, ਇੱਧਰ ਉੱਧਰ ਘੁੰਮਦਾ ਰਹਿੰਦਾ, ਤੁਸੀਂ ਦੱਸੋਗੇ ਫਿਰ ਮੈਨੂੰ? ਮੈਡਮ ਸਾਸਗਰਾ ਸਿਮਰਨ ਕਰਿਆ ਕਰੋ, ਵਾਹਿਗੁਰੂ ਦੀ ਕਿਰਪਾ ਹੋ ਜਾਵੇਗੀ। ਕਿਵੇਂ ਸਰ, ਤੁਸੀਂ ਮੈਨੂੰ ਤੁਹਾਡਾ ਦੱਸੋਗੇ? ਹਾਂ ਹਾਂ ਕਿਉਂ ਨਹੀਂ, ਬੈਠੋ। ਜਦੋਂ ਸਾਸ ਅੰਦਰ ਜਾਂਦਾ ਉਦੋਂ ਵਾਹਿ ਬੋਲਣਾ ਅਤੇ ਕੰਨਾਂ ਨੂੰ ਸੁਣਨਾ, ਜਦੋਂ ਸਾਸ ਉੱਪਰ ਨੂੰ ਆਉਂਦਾ ਉਦੋਂ ਗੁਰੂ ਬੋਲਣਾ ਅਤੇ ਆਪਣੇ ਕੰਨਾਂ ਨੂੰ ਸੁਣਨਾ। ਕਿਵੇਂ ਕਰਨਾ ਸਿਮਰਨ ਸੁਣ ਲਓ, ਵਾਹਿਗੁਰੂ 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 ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬੈਠੋ। ਸਰ ਤੁਸੀਂ ਪੀਅਰ ਨੂੰ ਛੁੱਟੀ ਭੇਜਤਾ, ਸਾਨੂੰ ਦਫ਼ਤਰ 'ਚ ਪਾਣੀ ਪਾਉਣ ਵਾਲਾ ਨਹੀਂ ਹੈਗਾ ਕੋਈ। ਉਸਨੂੰ ਬਹੁਤ ਤੇਜ਼ ਬੁਖਾਰ ਸੀ। ਸਰ ਕੰਮ 'ਚ ਹੋ ਰਹੇ ਹੋ, ਤੁਹਾਨੂੰ ਨਹੀਂ ਪਤਾ, ਤੁਸੀਂ ਨਵੇਂ ਆਏ ਨਾ ਅਜੇ, ਇਸੇ ਲਈ। ਕਿਉਂ ਕਿਰਨ ਮੈਡਮ? ਨਹੀਂ ਉਹਨੂੰ ਵਾਕਈ ਬਹੁਤ ਬੁਖਾਰ ਸੀ, ਸਰ ਨੇ ਛੁੱਟੀ ਭੇਜ ਕੇ ਚੰਗਾ ਕੀਤਾ। ਸਰ ਮਰਜ਼ੀ ਹੈ ਤੁਹਾਡੀ, ਤੁਸੀਂ ਔਖੇ ਹੋਣਾ ਜੇ ਉਹ ਸਿਰ ਚੜ ਗਿਆ। ਤੁਸੀਂ ਚਿੰਤਾ ਨਾ ਕਰੋ ਇਸ ਗੱਲ ਦੀ।
ਦੇਖ ਕਿੱਡਾ ਸਿਰ 'ਤੇ ਚੜ੍ਹਾਇਆ ਐਸ ਡੀ ਓ ਨੇ ਚਪੜਾਸੀ ਛੁੱਟੀ ਭੇਜਦਾ ਪਹਿਲਾਂ ਸਾਡਾ ਰੋਟੀ ਵਾਲਾ ਡੱਬਾ ਕੌਣ ਸਾਫ਼ ਕਰੂ ਸਾਨੂੰ ਕਿਵੇਂ ਦਬਕੇ ਮਾਰਦਾ ਚਪੜਾਸੀ ਨੂੰ ਪੁੱਛ ਪੁੱਛ ਕਰਦਾ ਰਹਿੰਦਾ ਕਹਿੰਦਾ ਇਹਨੂੰ ਦਵਾਈ ਦਵਾ ਕੇ ਲਿਆਓ ਇਹਦੀ ਤਬੀਅਤ ਠੀਕ ਨਹੀਂ ਗੁਰਪ੍ਰੀਤ ਨੂੰ ਭੇਜਿਆ ਨਾਲ ਉਹਦੀ ਤਬੀਅਤ ਵਾਕਈ ਠੀਕ ਨਹੀਂ ਸੀ ਅਮਰ ਜੀ ਤੈਨੂੰ ਕੀ ਹੋ ਗਿਆ ਕਿਰਨ ਤੂੰ ਵੀ ਐਸ ਡੀ ਓ ਵਾਲੀ ਭਾਸ਼ਾ ਬੋਲਣ ਲੱਗ ਪਈ ਚੰਗੀ ਭਾਸ਼ਾ ਬੋਲਦਾ ਮੈਂ ਵੀ ਕੋਸ਼ਿਸ਼ ਕਰ ਰਹੀ ਹਾਂ ਜੀ ਪਾਸਾ ਸਿੱਖਣ ਦੀ ਤੂੰ ਵੀ ਸਿੱਖ ਲੈ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਆਪ ਤਾਂ ਜੇ ਬਹੁਤ ਸੋਹਣਾ ਬੋਲਦੀ ਹੈ ਜਿਹੜੀ ਮੈਨੂੰ ਮਤਾਂ ਦੇਦੀ ਹੈ ਸਲਾਹੀਆਂ ਰੱਖਦੇ ਸਰ ਆ ਗਏ ਤਾਂ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਮੈਨੂੰ ਪਤਾ ਹੈ ਕੀ ਚੰਗਾ ਹੈ ਕੀ ਨਹੀਂ ਚੰਗਾ ਉਹ ਚੰਗਾ ਹੈ ਜਿਹੜਾ ਮੈਨੂੰ ਸੀਰੀਅਲ ਦੇ ਡਾਇਲੋਗ ਸੁਣਾਉਂਦੀ ਸੀਗੀ ਨਹੀਂ ਉਹ ਵੀ ਚੰਗਾ ਨਹੀਂ ਸੀ ਮੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਕਿਰਨ ਪਲੀਜ਼ ਬੰਦ ਕਰ ਰਹੀ ਨਾਟਕ ਜੀ ਮੈਨੂੰ ਨਹੀਂ ਚੰਗਾ ਲੱਗਦਾ ਸਿੱਧੀ ਤਰ੍ਹਾਂ ਦੱਸ ਮੈਨੂੰ ਕੁਝ ਕਿਹਾ ਤਾਂ ਨਹੀਂ ਤੈਨੂੰ ਉਦਨ ਫੋਨ ਬੰਦ ਕਰਨ ਵਾਲੀ ਗੱਲ ਤੋਂ ਤੂੰ ਗਈ ਸੀ ਉਹਦੇ ਕੋਲ ਮੈਂ ਮਾਫ਼ੀ ਮੰਗਣ ਗਈ ਸੀ ਮਾਫ਼ੀ ਕਿਉਂ ਦਿਮਾਗ ਖਰਾਬ ਹੈ ਤੇਰਾ ਗਲਤੀ ਕਰਕੇ ਮਾਫ਼ੀ ਮੰਗਣ 'ਚ ਕੀ ਹਰਜ ਹੈ ਹੈਲੋ ਹੈਲੋ ਹਾਂਜੀ ਤੁਸੀਂ ਮੀਟਰ ਨੰਬਰ ਦੱਸ ਦਿਓ ਇੱਕ ਮਿੰਟ ਹੋਲਡ ਕਰੋ ਹਾਂਜੀ ਤੁਸੀਂ ਮੀਟਰ ਨੰਬਰ ਦੱਸ ਦਿਓ ਅੱਜ ਤੁਹਾਡਾ ਠੀਕ ਹੋ ਜਾਏਗਾ ਮੀਟਰ ਹਾਂਜੀ 1 3 3 8 ਓਕੇ ਜੀ ਓਕੇ ਮੇਰੀ ਲੰਗਰ ਚ ਸੇਵਾ ਦੀ ਡਿਊਟੀ ਹੈ ਦਾਦਾ ਜੀ ਮੈਂ ਪ੍ਰਸ਼ਾਦਾ ਸੁਣਾ ਬਰਾਤ ਨੂੰ ਸ਼ਾਬਾਸ਼ ਸ਼ਾਬਾਸ਼ ਜਾਓ ਪੁੱਤ ਰੱਜ ਕੇ ਸੇਵਾ ਕਰਿਓ ਇਹ ਭਾਈ ਸਾਹਿਬ ਦਾ ਬਹੁਤ ਹੀ ਭਲੇ ਦਾ ਕੰਮ ਕਰ ਰਿਹਾ ਉੱਥੇ ਹਾਂਜੀ ਹਾਂਜੀ ਭਾਈ ਸਾਹਿਬ ਸਾਨੂੰ ਅਸਲੀ ਜੀਵਨ ਜਾਚ ਸਿਖਾ ਰਹੇ ਨੇ ਗੁਰਬਾਣੀ ਅਨੁਸਾਰ ਸਾਨੂੰ ਸਭ ਨੂੰ ਸਿੱਖਣੀ ਚਾਹੀਦੀ ਹੈ ਪਤਾ ਨਹੀਂ ਲੋਕ ਕਿਉਂ ਫਜ਼ੂਲ ਖਰਚ ਕਰ ਕਰਕੇ ਵਿਆਹਾਂ 'ਤੇ ਕਰਜਾਈ ਹੋਈ ਜਾ ਰਹੇ ਨੇ ਇਹ ਸੰਯੋਗ ਤਾਂ ਪੁੱਤ ਤੁਰੋਂ ਹੀ ਲਿਖੇ ਹੁੰਦੇ ਹੈ ਸਤਿਗੁਰ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਕਰਕੇ ਵਿਆਹ ਤਾਂ ਸੰਪੂਰਨ ਹੋ ਜਾਂਦਾ ਹੈ ਅਤੇ ਬਾਕੀ ਤਾਂ ਲੋਕ ਐਵੇਂ ਹੀ ਵਧਾਈ ਜਾਂਦੇ ਹੈ ਅਤੇ ਔਖੇ ਹੋਈ ਜਾਂਦੇ ਹੈ ਕੁੜੀਆਂ ਨੂੰ ਤਾਂ ਹੀ ਤਾਂ ਬਹੁਤ ਸਮਝਦੇ ਲੋਕ ਬਾਪੂ ਜੀ ਇੱਕ ਤਾਂ ਵਿਆਹ ਦਾ ਖਰਚਾ ਦੂਜਾ ਦਾਜ ਦੇ ਲੋਬੀਆਂ ਦਾ ਢਿੱਡ ਭਰਨਾ ਔਖਾ ਹੀ ਹੈ ਨਾ ਅਮੀਰਾਂ ਦੀ ਗੱਲ ਚਲੋ ਕੁਝ ਹੋਰ ਹੈ ਗਰੀਬਾਂ ਨੂੰ ਤਾਂ ਔਖਾ ਹੋ ਜਾਂਦਾ ਨਾ ਬਾਪੂ ਜੀ ਬਿਲਕੁਲ ਬਿਲਕੁਲ ਜਾਓ ਲੇਟ ਨਾ ਹੋ ਜਾਏ ਪੁੱਤ ਸਿਮਰ ਆਪਣੀ ਸਹੇਲੀ ਨੂੰ ਸੱਦਣ ਗਈ ਹੈ ਕਹਿੰਦੀ ਸੀ ਉਹਨੂੰ ਵਿਆਹ ਜ਼ਰੂਰ ਵਿਖਾਉਣਾ ਉਹਨੂੰ ਉਡੀਕਦੇ ਸੀ ਉਹ ਆ ਗਈ ਸਿਮਰ ਭੈਣ ਸਹੇਲੀ ਨਹੀਂ ਆਈ ਤੇਰੀ ਉਹ ਕਹਿੰਦੀ ਸੀ ਗੁਰਦੁਆਰੇ 'ਚ ਵਿਆਹ ਦਾ ਕੀ ਦੇਖਣਾ ਹੋਟਲ 'ਚ ਹੁੰਦਾ ਤਾਂ ਚਲੀ ਜਾਂਦੀ ਦੇਖਿਆ ਬਾਪੂ ਜੀ ਆਹ ਹਾਲ ਆ ਕਈਆਂ ਦੇ ਤਾਂ ਜੀਵਨ ਜਾਚ ਨਹੀਂ ਹੈ ਨਾ ਬੁੱਤ ਇਹਨਾਂ ਦਾਦਾ ਜੀ ਉਹ ਮੇਰੀ ਸਹੇਲੀ ਹੈ ਜਿਹਦਾ ਅੱਜ ਵਿਆਹ ਬਹੁਤ ਸੋਹਣਾ ਕੀਰਤਨ ਕਰਦੀ ਆ ਬ੍ਰਹਮ ਗਿਆਨ ਯੂਨੀਵਰਸਿਟੀ ਵਿੱਚ ਜੀਵਨ ਜਾਚ ਸਿੱਖਦੀ ਹੈ 5 ਭੈਣਾਂ ਨੇ ਉਹਦੇ ਘਰ ਦੇ ਬੜੇ ਪਰੇਸ਼ਾਨ ਸੀਗੇ ਉਹਦੇ ਵਿਆਹ ਲਈ ਜਦੋਂ ਭਾਈ ਸਾਹਿਬ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਤੁਸੀਂ ਫਿਕਰ ਹੀ ਨਾ ਕਰੋ ਆਪਾਂ ਬੀਬਾ ਜੀ ਦੀ ਸ਼ਾਦੀ ਇੱਥੇ ਕਰਾਂਗੇ ਇਹ ਵੀ ਤਾਂ ਆਪਣੇ ਪਰਿਵਾਰ ਦੇ ਵਿੱਚ ਆ ਉੱਥੇ ਵਾਕਿਆ ਹੀ ਇੱਕ ਸਾਂਝਾ ਪਰਿਵਾਰ ਲੱਗਦਾ ਬਾਪੂ ਜੀ ਸਭ ਦੇ ਦੁੱਖ ਸੁੱਖ ਸਾਂਝੇ ਹੈ ਵਾਹਿਗੁਰੂ ਵਾਹਿਗੁਰੂ
ਜਾਓ ਪੁੱਤ, ਜਲਦੀ ਜਾਓ ਉੱਥੇ ਰੱਜ ਕੇ ਸੇਵਾ ਕਰਿਓ। ਵਾਹਿਗੁਰੂ। ਉਹ ਬਰਾਤ ਆ ਗਈ ਹੈ ਗੁਰਮੁਖੋ। ਆਓ ਗੁਰਮੁਖੋ ਚੱਲੀਏ, ਗੁਰਮੁਖ ਸੱਜਣ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭ ਕਾਜ
ਕਰ ਪਾਇਆ ਸਾਤਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀਉ ਆਪ ਸਵਾਰੀ ਹਰ ਜੀਉ ਆਪ ਗੁਰਮੁਖ ਪਿਆਰਿਓ, ਤੁਸੀਂ ਸਾਰੇ ਜਾਣਦੇ ਹੋ ਕਿ ਬੀਬਾ ਜੀ ਇਸ ਬ੍ਰਹਮ ਯੂਨੀਵਰਸਿਟੀ ਵਿੱਚ ਸੰਤ ਛਪਾਈ ਦਾ ਕੋਰਸ ਕਰ ਰਹੇ ਨੇ। ਬੀਬਾ ਜੀ ਔਰ ਬੇਟਾ ਜੀ ਇਸ ਬ੍ਰਹਮ ਮਿਲਣ ਵਿੱਚ ਆਉਣ ਨਾਲ ਦੋਵੇਂ ਸੰਪਰਕ ਰੱਖਦੇ ਨੇ। ਦੋਵੇਂ ਹੀ ਗੁਰਮੁਖ ਪਰਿਵਾਰ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਨ ਗੁਰੂ ਦੇ ਰੂਪ ਵਿੱਚ ਮੰਨਦੇ ਹੋਇਆਂ ਇਹ ਆਪਦੇ ਜੀਵਨ ਦੇ ਅੱਗੇ ਜੋ ਗੁਰਬਾਣੀ ਗੁਰੂ ਦੱਸੀ ਜੀਵਨ ਦੀ ਜਾਚ ਉਹਦੇ ਮੁਤਾਬਕ ਅੱਜ ਸੰਯੋਗ ਹੋਇਆ। ਗੁਰਬਾਣੀ ਦੁਆਰਾ ਆਪਾਂ ਨੂੰ ਦੱਸਿਆ ਹੈ ਕਿ ਇਹ ਸੰਯੋਗ ਜਿੱਥੋਂ ਦੇ ਅਸੀਂ ਸਾਰੇ ਰਹਿਣ ਵਾਲੇ ਹਾਂ ਉੱਥੋਂ ਸ਼ੁਰੂ ਹੁੰਦਾ ਹੈ। ਇਹ ਵੀ ਆਪਾਂ ਗੁਰਬਾਣੀ ਦੁਆਰਾ ਸਾਰੇ ਸਮਝਦੇ ਹਾਂ ਕਿ ਅਸੀਂ ਇਸ ਲੋਕ ਦੇ ਰਹਿਣ ਵਾਲੇ ਨਹੀਂ। ਇਸ ਲੋਕ ਨੂੰ ਮਾਇਆ ਦਾ ਦੇਸ਼ ਕਹਿਤਾ, ਕਾਲ ਦਾ ਦੇਸ਼ ਕਹਿਤਾ ਹੈ, ਜੋ ਸਾਡਾ ਸਰੀਰ ਹੈ। ਅਸੀਂ ਸਾਰੇ ਜੋ ਸਾਡਾ ਮਨ ਹੈ ਇਹ ਪਰਲੋਕ ਦੇ ਰਹਿਣ ਵਾਲਾ ਹੈ, ਜਿਸ ਨੂੰ ਸੱਚਖੰਡ ਦਰਗਾਹ ਨਿਰੰਕਾਰ ਦਾ ਦੇਸ਼ ਸੁਣ ਮੰਡਲ ਨਰਪਾਉਣ ਨਗਰ ਅਬਚਲ ਨਗਰ ਦਾ ਨਾਂ ਦਿੱਤਾ ਗਿਆ। ਸਵੇਰੇ ਅਸੀਂ ਆਉਂਦੇ ਹਾਂ ਤੇ ਰਾਤ ਨੂੰ ਵਾਪਸ ਚਲੇ ਜਾਂਦੇ ਆਪਦੇ ਦੇਸ਼। ਇਸ ਕਰਕੇ ਜਿੱਥੋਂ ਦਾ ਸਾਡਾ ਮਨ ਰਹਿਣ ਵਾਲਾ ਹੈ ਉੱਥੇ ਸਾਡੇ ਸੰਯੋਗ ਹੁੰਦੇ ਨੇ। ਕਿਸ ਅਸਥਾਨ ਤੇ ਸੰਯੋਗ ਹੁੰਦੇ ਨੇ? ਜੋ ਸੁਣ ਮੰਡਲ ਵਿੱਚ, ਜਿਵੇਂ ਆਪਾਂ ਹੁਣ ਸਭਾ ਵਿੱਚ ਬੈਠੇ ਹਾਂ, ਸੰਗਤ ਵਿੱਚ ਇੱਕ ਪਰਿਵਾਰ ਬੈਠੇ ਹਾਂ, ਇਸ ਆਗਮ ਦੇ ਵਿੱਚ ਸੁਣ ਮੰਡਲ ਵਿੱਚ ਸਾਡੇ ਸੁਖ ਆਕਾਰਾਂ ਦੀ ਇੱਕ ਸਭਾ ਬੈਠਦੀ ਹੈ। ਮਹਾਰਾਜ ਦੀ ਹਾਜ਼ਰੀ ਦੇ ਜੋ ਬੈਠਦੇ ਨੇ ਉੱਥੇ ਸੰਯੋਗ ਇਹ ਬਣਦੇ ਨੇ, ਸੰਯੋਗ ਕੀਤੇ ਜਾਂਦੇ ਨੇ, ਜੋੜੇ ਜਾਂਦੇ ਨੇ। ਜਿਹਨਾਂ ਨੂੰ ਮਹਾਰਾਜ ਗੁਰਬਾਣੀ ਵਿੱਚ ਦੱਸ ਰਹੇ ਨੇ, ਆਗਮ ਆਗਾਜ਼ ਸੁਣ ਜਨ ਕਥਾ ਪਾਰ ਬ੍ਰਹਮ ਕੀ ਅਚਰ ਸਭਾ, ਉਸ ਸਭਾ ਦੇ ਵਿੱਚ ਜੋ ਸਾਡੇ ਮਨ ਦੇ ਸੂਖਮ ਆਕਾਰ ਨੇ ਇਹਨਾਂ ਦਾ ਸੰਬੰਧ ਕਿਸੇ ਔਰਤ ਮਰਦਾਂ ਨਾਲ ਨਹੀਂ ਹੁੰਦਾ, ਕਿਸੇ ਬੱਚੇ ਬੁੱਢੇ ਨਾਲ ਨਹੀਂ ਹੁੰਦਾ। ਇਹ ਸਾਰਿਆਂ ਦੇ ਆਕਾਰ ਸੂਖਮ ਇੱਕੋ ਜਿਹੇ ਹੁੰਦੇ, ਲੇਕਿਨ ਇਸ ਲੋਕ ਦੇ ਵਿੱਚ ਇਹ ਖੇਲ ਸ਼ੁਰੂ ਕਰਨ ਵਾਸਤੇ ਇੱਕ ਨਾਰੀ ਅਤੇ ਪੁਰਖ ਦਾ ਇਹ ਸਰੀਰ ਕਾਇਆ ਤਿਆਰ ਕੀਤਾ। ਇਹ ਜਿਹੜੀ ਸਾਡੀ ਕਾਇਆ ਹੈ, ਜੋ ਸਾਡਾ ਤਨ ਹੈ, ਇਹ ਨਾਮ ਦੇ ਉੱਪਰ ਪੰਜਾਂ ਤੱਤਾਂ ਦਾ ਆਕਾਰ ਦਿੱਤਾ ਹੋਇਆ, ਜਿਸ ਮਹਾਰਾਜ ਗੁਰਬਾਣੀ ਵਿੱਚ ਆਪਾਂ ਦੱਸ ਰਹੇ ਨੇ, ਸੁਖਮ ਮੋਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਸਾਡੇ ਅੰਦਰ ਇਸ ਕਾਇਆ ਦੇ ਇੱਕ ਤ੍ਰੈ ਗੁਣ ਨੇ, ਜਿਹਨਾਂ ਨੂੰ ਮਾਇਆ ਕਿਹਾ ਹੈ, ਰਜ ਗੁਣ, ਤਮ ਗੁਣ, ਸਤਗੁਣ ਕਹੀਏ, ਇੱਕ ਤੇਰੀ ਸਭ ਮਾਇਆ। ਜੋ ਸੁਖਮ ਹੈ ਦਿਸਦੀ ਨਹੀਂ, ਬੋਲਦੀ ਨਹੀਂ, ਸੁਣਦੀ ਨਹੀਂ, ਉਹ ਸੁਖਮਕਾਰ ਹੈ। ਇਸੇ ਤਰ੍ਹਾਂ ਜੋ ਸਾਡੇ ਸਿਰ ਨਾਲ, ਸਾਡੇ ਸਿਰ ਤੋਂ ਉੱਪਰਲੇ ਸਥਾਨ ਤੋਂ ਸਾਡਾ ਨਿੱਜ ਮਹਿਲ ਸ਼ੁਰੂ ਹੁੰਦਾ ਹੈ, ਜਿਸ ਨੂੰ ਦਸਵਾਂ ਦਰ ਕਹਿਤਾ ਹੈ, ਥਿਰਕਰ ਕਹਿਤਾ ਹੈ, ਗਗਨ ਕਹਿਤਾ ਹੈ, ਸਹਿ ਗੁਫਾ ਕਹਿਤਾ ਹੈ,
ਉੱਥੇ ਆਤਮਾ ਮੌਜੂਦ ਹੁੰਦੀ ਹੈ। ਉੱਥੇ ਜੋ ਆਤਮਾ ਦਾ ਪ੍ਰਕਾਸ਼ ਸੱਚ ਵਿੱਚੋਂ ਪ੍ਰਗਟ ਹੁੰਦਾ ਹੈ ਉਹ ਸੁਖ ਮਹਿਲ ਤੋਂ ਸ਼ੁਰੂ ਹੁੰਦਾ ਹੈ। ਇਸ ਕਰਕੇ ਜਿੱਥੇ ਸਾਡੀ ਆਤਮਾ ਹੈ, ਜਿਹਦੇ ਉੱਪਰ ਜਿਹਨੂੰ ਜੋਤ ਨਿਰੰਜਨ ਦਾ ਨਾਮ ਦਿੱਤਾ ਹੈ, ਸਤਨਾਮ ਕਹਿਤਾ ਹੈ, ਨਾਮ ਨਿਰੰਜਨ ਕਹਿ ਦਿੱਤਾ ਹੈ, ਸਤਪੁਰਖ ਕਹਿਤਾ ਹੈ, ਅਕਾਲ ਮੂਰਤ ਕਹਿਤਾ ਹੈ, ਸ਼ਿਵ ਕਹਿਤਾ ਹੈ, ਆਤਮਾ ਰਾਮ ਕਹਿਤਾ ਹੈ, ਉਸ ਅਸਥਾਨ ਨੂੰ ਸ਼ਿਵਪੁਰੀ ਦਾ ਨਾਮ ਦਿੱਤਾ। ਸਾਡੇ ਮਨ ਨੇ ਪਰਲੋਕ ਦੇ ਵਿੱਚੋਂ ਇਸ ਲੋਕ ਵਿੱਚ ਖੇਲਣ ਵਾਸਤੇ ਆਉਣਾ ਹੁੰਦਾ ਹੈ। ਇਹ ਸ਼ਿਵ ਤੇ ਸ਼ਕਤੀ ਦਾ ਖੇਲ ਹੈ। ਸ਼ਕਤੀ ਮਾਲ ਦੇ ਕਾਲ ਦੇ ਦਾਇਰੇ ਵਿੱਚ, ਸ਼ਿਵ ਅਕਾਲ ਪੁਰਖ ਦੇ ਹੁਕਮ ਵਿੱਚ। ਇਸ ਘਰ ਦੇ ਵਿੱਚ ਇਸ ਨੇ ਖੇਲਣ ਆਉਣਾ ਹੈ। ਜਿਸ ਨੂੰ ਮਹਾਰਾਜ ਗੁਰਬਾਣੀ ਦੱਸ ਰਹੇ, ਜੇ ਦੇਖਾਂ ਤੇ ਰੱਬ ਰਹੇ, ਸ਼ਿਵ ਸ਼ਕਤੀ ਕਾ ਮੇਲ, ਤ੍ਰੈ ਗੁਣ ਬੱਧੀ ਦੇ ਜੋ ਹੈ ਜਗ ਸੌਖੇ। ਜਿਉਂ ਹੀ ਇਹਨਾਂ ਬੱਚਿਆਂ ਦੇ ਸੂਖਮ ਆਕਾਰ ਜੋ ਮਨ ਨੇ ਉਹਨਾਂ ਦਾ ਉੱਥੋਂ ਸੰਯੋਗ ਜੋੜਿਆ, ਲੇਕਿਨ ਇਸ ਆਕਾਰ ਵਿੱਚ ਆ ਕੇ ਮਾਇਆ ਦੇ ਕਰਕੇ ਵਿਯੋਗ ਕਰ ਦਿੱਤਾ। ਬੱਚੇ ਨੇ ਇਸ ਨੂੰ ਜਾਮਾ ਮਿਲਿਆ ਮਾਨਸ ਦਾ, ਵੀ ਇਹ ਮਾਨਸ ਦਾ ਕੱਪੜਾ ਪਹਿਨੇਗਾ ਪੰਜਾਂ ਤੱਤਾਂ ਦਾ। ਬੇਟੀ ਨੂੰ ਕੱਪੜਾ ਮਿਲਿਆ ਨਾਰੀ ਦਾ, ਵੀ ਨਾਰੀ ਦਾ ਕੱਪੜਾ ਪਹਿਨੇਗੀ ਇਸ ਖੇਲ ਵਿੱਚ। ਬੱਚੇ ਨੂੰ ਪਰਿਵਾਰ ਦੇ ਨਾਲ, ਗੁਰਮੁਖ ਪਰਿਵਾਰ ਨਾਲ ਜੋੜ ਦਿੱਤਾ, ਬੇਟੀ ਨੂੰ ਦੂਸਰੇ ਪਰਿਵਾਰ ਨਾਲ ਜੋੜ ਦਿੱਤਾ। ਸੰਯੋਗ ਕਰਨ ਤੋਂ ਬਾਅਦ ਵਿਯੋਗ ਕਰ ਦਿੱਤਾ ਗਿਆ। ਹੁਣ ਇਸ ਲੋਕ ਦੇ ਵਿੱਚ ਇਸ ਖੇਲ ਨੂੰ ਫਿਰ ਸ਼ੁਰੂ ਕਰਨ ਵਾਸਤੇ ਦੋਹਾਂ ਦਾ ਸੰਯੋਗ ਸ਼ੁਰੂ ਹੋਇਆ। ਇੱਥੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੁਆਰਾ ਆਪਾਂ ਦੱਸਦੇ ਨੇ, ਇਹ ਖੇਲ ਸਭ ਤੇ ਸੁਰਤੀ ਦਾ ਖੇਲ ਹੈ। ਜਿਉਂ ਹੀ ਸਾਨੂੰ ਇਸ ਲੋਕ ਖੇਲਣ ਵਾਸਤੇ ਭੇਜਿਆ, ਸ਼ਬਦ ਨਾਲ ਸੁਰਤੀ ਦਾ ਸੰਬੰਧ ਤੋੜ ਦਿੱਤਾ ਗਿਆ, ਤ੍ਰੈ ਗੁਣਾਂ ਵਿੱਚ ਆ ਗਈ। ਇਸੇ ਤਰ੍ਹਾਂ ਬੇਟੀ ਦੇ ਬੇਟੇ ਦੇ ਸੁਰਤੀਆਂ ਦਾ ਸੰਯੋਗ ਨਾਮ ਨਾਲ ਤੋੜ ਕੇ ਜੋੜ ਦਿੱਤੀ ਗਈ ਸ਼ਕਤੀ ਦੇ ਨਾਲ, ਮਾਇਆ ਦੇ ਨਾਲ। ਜਿਉਂ ਹੀ ਸਾਡੀ ਸੁਰਤੀ, ਸਾਡਾ ਮਨ ਇਸ ਲੋਕ ਵਿੱਚ ਆਇਆ, ਇਸ ਮਾਇਆ ਦੇ ਘਰ ਉਹਨਾਂ ਨੇ ਕਰਮ ਕਰਨਾ ਸ਼ੁਰੂ ਕੀਤਾ, ਕੀਰਤਨਾ ਜੋੜਿਆ। ਐਸੀ ਕਿਰਤ ਕਰਦਿਆਂ ਕਰਦਿਆਂ ਜਿਹੜਾ ਮਨ ਹੈ ਉਹ ਆਪਦੇ ਘਰ ਨੂੰ, ਆਪਦੇ ਮੂਲ ਨੂੰ, ਆਪਦੇ ਪਰਿਵਾਰ ਨੂੰ, ਆਪਦਾ ਸਰੂਪ ਭੁੱਲ ਗਿਆ। ਮਾਇਆ ਦੇ ਘਰ ਆ ਕੇ ਇਹ ਕਰਮ ਤੇ ਜੁੜ ਗਿਆ। ਕਰਮ ਇਸ ਨੇ ਇੰਨਾ ਦ੍ਰਿੜ ਕਰ ਲਿਆ ਕਿ ਸੱਚ ਨੂੰ, ਧਰਮ ਨੂੰ ਭੁੱਲ ਗਿਆ। ਹੁਣ ਇਸ ਸੰਬੰਧ ਵਿੱਚ, ਇਸ ਲੋਕ ਵਿੱਚ ਇਹ ਖੇਲ ਸ਼ੁਰੂ ਕਰਨ ਵਾਸਤੇ ਦੋ ਆਕਾਰਾਂ ਦਾ ਗੁਰੂ ਰਾਹੀਂ ਫਿਰ ਸੰਯੋਗ ਹੋਇਆ। ਪਹਿਲੋਂ ਇਹ ਸੰਯੋਗ ਸ਼ਬਦ, ਜਿਹਨੂੰ ਸ਼ਬਦ ਗੁਰੂ ਦਾ ਨਾਂ ਦਿੱਤਾ ਗਿਆ, ਸ਼ਬਦ ਗੁਰੂ ਸਭ ਤੋਂ ਚੇਲਾ, ਜਿਸ ਸ਼ਬਦ ਨੂੰ ਪਤੀ ਦਾ ਨਾਂ ਦੇ ਕੇ ਇਸ ਸੁਰਤ ਨੂੰ ਔਰਤ ਦਾ ਨਾਂ ਦਿੱਤਾ ਹੈ। ਪਹਿਲੇ ਸਮੇਂ ਦੇ ਵਿੱਚ ਜਦੋਂ ਇਹ ਸੰਯੋਗ ਜੋੜਿਆ ਜਾਂਦਾ ਹੈ ਦ੍ਰਿਸ਼ਮਾਨ ਵਿੱਚ ਮਾਇਆ ਦੇ ਘਰ ਦੇ ਵਿੱਚੋਂ, ਸ਼ਬਦ ਕਿਸ ਤਰ੍ਹਾਂ ਇਸ ਨੂੰ ਇਸ ਮਾਇਆ ਦੇ ਘਰ ਵਿੱਚੋਂ ਵਿਆਹੁਣ ਆਉਂਦਾ ਤੇ ਕਿਹੜੇ ਰਸਤੇ ਜਾ ਕੇ ਆਪਦੇ ਘਰ ਲੈ ਕੇ ਜਾਂਦਾ। ਉਸ ਵਕਤ ਸੁਰਤੀ ਨੂੰ ਇਸ ਤ੍ਰੈ ਗੁਣਾਂ ਵਿੱਚੋਂ ਮੂਲ ਤੇ ਲਿਆਂਦਾ ਜਾਂਦਾ। ਲੋਕ ਤੇ ਪਰਲੋਕ ਦੇ, ਪਰਲੋਕ ਦੀ ਹੱਦ ਜਿੱਥੇ ਮਿਲਦੀ, ਉੱਥੋਂ ਫਿਰ ਨਾਭ, ਜਿਹਨੂੰ ਆਪਾਂ ਨਾਭੀ ਕਹਿੰਦੇ ਹਾਂ, ਜਿੱਥੇ ਸੰਯੋਗ ਏ ਮੂਲ ਦੁਆਰੇ ਬੰਧਿਆ ਬੰਧ, ਇੱਥੋਂ ਫਿਰ ਸਭ ਤੇ ਸੁਰਤੀ ਦਾ ਸੰਯੋਗ ਸ਼ੁਰੂ ਹੁੰਦਾ। ਪਸ਼ੂ ਵਾਲੇ ਪਾਸਿਓਂ ਜੋ ਸਾਡੇ ਇਸ ਸਰੀਰ ਦੇ ਅੰਦਰ ਖੜ ਚੱਕਰ ਨੇ, ਛੇ ਘਰ ਜਿਹਨੂੰ ਕਿਹਾ, ਇਹਨਾਂ ਛੇ ਘਰਾਂ ਦੇ ਵਿੱਚੋਂ ਜਾਂਦੇ ਹੋਏ ਦਸਵੇਂ ਘਰ ਦੇ ਵਿੱਚ ਪ੍ਰਵੇਸ਼ ਹੁੰਦੇ। ਇਸ ਕਰਕੇ ਪਹਿਲੇ ਸਮੇਂ ਦੇ ਵਿੱਚ
ਜਦੋਂ ਸ਼ਬਦ ਤੇ ਸੁਰਤ ਦਾ ਮਿਲਾਪ ਹੁੰਦਾ ਤੇ ਸੱਤਵੇਂ ਸਟੇਜ ਤੇ ਜਾ ਕੇ ਮਿਲਾਪ ਹੁੰਦਾ, ਉਸ ਵਕਤ ਬੇਦੀ ਦੇ ਫੇਰ ਕੀਤੇ ਜਾਂਦੇ, 6 ਲਾਵਾਂ ਕੀਤੀਆਂ ਜਾਂਦੀਆਂ ਅੱਗ ਦੇ 4 ਫੇਰ, ਕਿਉਂਕਿ ਜਿਹੜੀ ਸਾਡੀ ਨਾਭੀ ਹੈ ਇੱਥੇ ਅਗਨ ਦਾ ਕੁੰਡ ਹੈ ਜਿੱਥੇ ਪਾਉਣ ਪਾਣੀ ਬਸੰਤ ਤਿੰਨੇ ਮਿਲਦੇ ਨੇ। ਇਸ ਅਗਨ ਦੇ 4 ਸਵੇਰ ਜਿਵੇਂ ਪਾਉਣ ਚੱਲਦੀ ਹੈ, ਇਸੇ ਤਰ੍ਹਾਂ ਇਸ ਅਗਨ ਦੇ 4 ਸਫੇਰੇ 7 ਲਾਵਾਂ ਲਈਆਂ ਜਾਂਦੀਆਂ। ਫਿਰ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਕਿਸ ਤਰ੍ਹਾਂ ਇਹ ਸ਼ਬਦ ਵਿਆਹਣ ਵਾਸਤੇ ਆਇਆ, ਕਿੱਥੇ ਬੇਦੀ ਦੇ ਫੇਰੇ ਹੋਏ। ਜਿਸ ਤਰ੍ਹਾਂ ਆਪਾਂ ਹੁਣ ਦੇ ਸਮਾਨ ਵਿੱਚ ਬੱਚੇ ਦੇ ਇਸ ਮਾਂ ਦੇ ਸਰੀਰ ਵਿੱਚ ਆਕਾਰ ਦੇ ਵਿੱਚ ਹੁੰਦਿਆਂ ਹੋਇਆਂ ਦ੍ਰਿਸ਼ਮਾਨ ਖੇਲ ਦੇਖ ਰਹੇ ਹਾਂ, ਇਸੇ ਤਰ੍ਹਾਂ ਹੁਣ ਸ਼ਬਦ ਤੇ ਸੁਰਤੀ ਦਾ ਜਦੋਂ ਆਪਸ ਵਿੱਚ ਮੇਲ ਹੁੰਦਾ ਹੈ, ਉਸ ਨੂੰ ਦੇਖਣ ਵਾਸਤੇ ਰਿਸ਼ੀ ਮੁਨੀ ਤੇ 33 ਕਰੋੜ ਦੇਵੀ ਦੇਵਤਾ ਤੇ ਆਪ ਮਾਲ ਦੇਖਦਾ। ਉਸ ਸੰਬੰਧ ਵਿੱਚ ਆਪਾਂ ਗੁਰਬਾਣੀ ਦੁਆਰਾ ਪੜ੍ਹਦੇ ਹਾਂ, ਤਨ ਰਹਿਣੀ ਮਨ ਪੁਨਰਵਕਾਰ ਹੋ ਪੰਚੋ ਤਤ ਬਰਾਤੀ, ਆਰਾਮ ਰਾਇਸੋ ਭਵਰ ਲਿਓ ਆਤਮ ਤੇ ਰੰਗ ਰਾਤੀ, ਗਾਓ ਗਾਹੋ ਰੇ ਦੁਲਹਣੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰ। ਨਾਭ ਪਾਉਣ ਬੇਦੀ ਰਚ ਰਹਿ ਬ੍ਰਹਮ ਗਿਆਨ ਆਚਾਰਾ, ਆਰਾਮ ਰਾਇਸੋ ਦੁਲੋ ਪਾਇਓ ਸੋਟ ਪਾਗ ਹਮਾਰਾ, ਸੁਰ ਨਰ ਮੁੰਜਨ ਕੌਤੁਕ ਆਏ ਕੋਟ ਤੇ ਤਿਸ ਅਜਾਨਾ, ਕਹੋ ਕਬੀਰ ਮੋਏ ਵਿਆਹ ਚਲੇ ਹੈ ਪੁਰਖ ਇੱਕ ਭਗਵਾਨਾ। ਇਸ ਤਰੀਕੇ ਦੇ ਨਾਲ ਇਸ ਸੰਯੋਗ ਨੂੰ ਜਿੱਥੇ ਇਹ ਸੰਯੋਗ ਜੁੜਿਆ ਸੁਣ ਮੰਡਲ ਦੇ ਵਿੱਚ, ਉਹ ਸੁਣ ਮੰਡਲ ਵਿੱਚੋਂ 33 ਕਰੋੜ ਦੇਵੀ ਦੇਵਤਾ ਤੇ ਰਿਸ਼ੀ ਮੁਨੀ ਜਿਹੜੇ ਸੱਚੇ ਸਮਾਏ ਬੈਠੇ ਸੀ ਤੇ ਆਪ ਮਾਲਕ ਇਸ ਸੰਯੋਗ ਨੂੰ ਦੇਖਣ ਲੱਗੇ। ਇਹ ਹੈ ਸਾਡਾ ਜਦੋਂ ਅਸੀਂ ਮੂਲ ਵੱਲੋਂ ਆਪਦੇ ਘਰ ਪਹੁੰਚਣੇ ਸ਼ਬਦ ਰਾਹੀਂ, ਜੋ ਆਪਾਂ ਇੱਥੇ ਪ੍ਰੈਕਟੀਕਲ ਕਰ ਰਹੇ ਹਾਂ। ਹੁਣ 6ਵੇਂ ਪਾਤਸ਼ਾਹ ਦੇ ਟਾਈਮ 'ਤੇ ਜੋ 4th ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ 4 ਲਾਵਾਂ ਦੇ ਰੂਪ ਵਿੱਚ, ਉਹ ਪੂਰਬ ਵਾਲੇ ਪਾਸਿਓਂ ਉਹਨਾਂ ਨੇ ਦੂਸਰਾ ਰਸਤਾ ਦੱਸਿਆ। ਜਦੋਂ ਅਸੀਂ ਇਸ ਸੁਰਤੀ ਨੂੰ ਗੁਰੂ ਦੇ ਸ਼ਬਦ ਰਾਹੀਂ ਸੁਣ ਘਾਟ 'ਤੇ ਲੈ ਕੇ ਆਉਂਦੇ ਹਾਂ, ਉੱਥੇ ਆ ਕੇ ਬੈਠਦਾ ਮਨ, ਜਿਸ ਤਰ੍ਹਾਂ ਬੱਚੇ ਹੁਣ ਸਤਿਗੁਰ ਦੇ ਹਾਈ ਜੋਜ ਬੈਠੇ ਨੇ, ਜਿਸ ਤਰ੍ਹਾਂ ਮਹਾਰਾਜ ਗੁਰਬਾਣੀ ਵਿੱਚ ਆਉਂਦੇ ਨੇ, ਗੰਗ ਜਮ ਕੇ ਅੰਤਰੇ ਸਹਿਜ ਸੁਣ ਕੇ ਕਾਟਦਾ ਹਾਂ, ਕਬੀਰੇ ਮੱਟ ਗਿਆ ਖੋਜ ਮੁੰਜਣ ਬਾਠ। ਇੱਥੋਂ ਫਿਰ ਸ਼ਬਦ ਵਿਆਹਣ ਵਾਸਤੇ ਆਉਂਦਾ। ਇਸ ਤ੍ਰੈ ਗੁਣਾਂ ਦੇ ਵਿੱਚੋਂ ਕੱਢ ਕੇ ਇਹ ਜੋ ਕਰਮ ਨਾਲ ਸੀ ਜੁੜੇ, ਪਹਿਲੀ ਸਟੇਜ 'ਤੇ ਆਪਾਂ ਨੂੰ ਦੱਸਿਆ ਜੋ ਹਰ ਪਹਿਲੀ ਰਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ, ਜਿਹੜੇ ਅਸੀਂ ਤ੍ਰੈ ਗੁਣਾਂ 'ਚ ਕਰਮ ਨਾਲ ਜੁੜ ਗਏ ਸੀ, ਸਾਨੂੰ ਆਪਦੇ ਘਰ ਦੀ ਸੋਝੀ ਨਾ ਰਹੀ, ਉਸ ਰਸਤੇ ਸੋਝੀ ਨਾ ਰਹੀ ਜਿੱਥੋਂ ਅਸੀਂ ਇਸ ਲੋਕ ਵਿੱਚ ਆਏ ਸੀ, ਜਿਹਨਾਂ ਨੇ ਪੰਥਾ ਪ੍ਰੇਮ ਨੂੰ ਜਾਣੀ ਭੁੱਲੀ ਫਿਰ ਇੱਕ ਵਾਰ। ਗੁਰੂ ਵਿਚੋਲੇ ਦੇ ਰਾਹੀਂ ਅਸੀਂ ਜਦੋਂ ਇਸ ਅਸਥਾਨ 'ਤੇ ਸ਼ਬਦ ਰਾਹੀਂ ਆ ਕੇ ਬੈਠਦੇ ਹਾਂ, ਫਿਰ ਇੱਥੋਂ ਸਾਨੂੰ ਸ਼ਬਦ ਵਿਆਉਣ ਵਾਸਤੇ ਆਉਂਦਾ। ਜਿਉਂ ਹੀ ਤ੍ਰੈ ਗੁਣਾਂ ਤੋਂ ਅਤੀਤ ਮਨ ਹੋਇਆ, ਬਾਹਰਲੇ ਸੁਣ ਤੋਂ ਅੰਦਰਲੇ ਸੁਣ ਵਿੱਚ ਆਇਆ, ਦੂਸਰੇ ਸਟੇਜ ਉਸਨੂੰ ਕਹਿਤਾ, ਆ ਦੂਸਰੀ ਰਾਮ ਜਿੱਥੇ ਸਤਿਪੁਰਖ ਹੈ। ਇੱਥੋਂ ਅਸੀਂ ਸ਼ਬਦ ਰਾਹੀਂ ਦੂਸਰੇ ਸਟੇਜ 'ਤੇ ਜਦੋਂ ਇਸ ਕਾਇਆ ਨੂੰ ਛੱਡ ਕੇ ਸੋਹਣੇ ਪ੍ਰਵੇਸ਼ ਹੁੰਦੇ ਹਾਂ, ਜਿਸ ਨੂੰ ਦਸਵਾਂ ਦੁਆਰ ਕਹਿਤਾ। ਇਹ ਜਿਹੜਾ ਮਾਇਆ ਦਾ ਘਰ, ਇਸ ਪੇਕਿਆਂ ਦਾ ਘਰ ਜਿੱਥੇ ਵੱਸਦੇ ਸੀ ਹੁਣ ਸੁਰਤੇ, ਇਹ 9 ਦਰਵਾਜ਼ੇ ਦੇ ਬੰਦ ਕਰ ਦਿੱਤੇ ਅਤੇ 10ਵੇਂ ਪ੍ਰਵੇਸ਼ ਹੋ ਗਈ, ਜਿੱਥੋਂ ਘਰ ਸ਼ੁਰੂ ਹੋਇਆ। ਉਹਦੇ 9 ਦਾ ਠਾਕੇ ਧਾਤੁਰ ਹੈ, 10ਵੇਂ ਨਿਜਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਅਤੇ ਰਾਤੀ ਗੁਰਮਤੀ ਸਵਸਨਾਮ। ਦੂਸਰੇ ਸਟੇਜ 'ਤੇ ਅਨਹਦ ਵਾਜੇ ਵੱਜਣ ਲੱਗੇ, ਖੁਸ਼ੀ ਹੋਣੀ ਸ਼ੁਰੂ ਹੋਈ। ਤੀਸਰੇ ਸਟੇਜ 'ਤੇ ਅਨਹਦ ਬਾਣੀ ਤੋਂ ਦੇਵ ਲੋਕ ਤੋਂ ਇਸ ਨੇ ਹੁਣ ਅੱਗੇ ਜਾਣਾ ਸੀ, ਮਾਨਸ ਤੋਂ ਦੇਵਤੇ ਬਣ ਕੇ ਆਪਦੇ ਦੇਸ਼ ਨੂੰ ਜਾ ਰਹੇ ਨੇ। ਤੀਸਰੇ ਸਟੇਜ 'ਤੇ ਅਨਹਦ ਬਾਣੀ ਤੋਂ ਨਾਦ ਪ੍ਰਗਟ ਹੋਇਆ,
ਜਿਸ ਨੂੰ ਗੁਰਬਾਣੀ ਵਿੱਚ ਆਉਂਦਾ ਅਨਹਦ ਬਾਣੀ ਨਾਦ ਵਜਾਇਆ, ਨਾਮ ਧੁਨ ਜਿਸ ਨੂੰ ਆਪਾਂ ਸਾਰੇ ਹੁਣ ਸੁਣ ਰਹੇ ਹਾਂ ਪ੍ਰੈਕਟੀਕਲ ਦੇ ਰੂਪ ਵਿੱਚ। ਇਸ ਸ਼ਬਦ ਦੇ ਮਿਲ ਕੇ ਨਾਲ ਫਿਰ ਰਸ ਆਉਣਾ ਸ਼ੁਰੂ ਹੁੰਦਾ ਹੈ, ਅੰਮ੍ਰਿਤ ਰਸ, ਹਰ ਰਸ, ਬ੍ਰਹਮ ਰਸ। ਇੱਥੇ ਸੰਯੋਗ ਹੋ ਜਾਂਦਾ ਹੈ ਸਤਿਗੁਰੂ ਦੇ ਨਾਲ, ਜਿੱਥੋਂ ਲਿਵ ਟੁੱਟੀ ਸੇਸ ਸੀ। ਫਿਰ ਵਿਰਾਗ ਹੋ ਕੇ ਆਪਦੇ ਮੂਲ ਨੂੰ ਮਿਲ ਗਏ, ਆਪਦੇ ਘਰ ਜਾ ਗਏ। ਚੌਥੇ ਸਟੇਜ 'ਤੇ ਫਿਰ ਇਹੀ ਸ਼ਬਦ ਸਾਨੂੰ ਪ੍ਰਕਾਸ਼ ਵਿੱਚ ਲੈ ਜਾਂਦਾ। ਉਸ ਵਕਤ ਅਸੀਂ ਫਿਰ ਸੱਚ ਦੇ ਵਿੱਚ ਸਮਾ ਜਾਣਾ ਹੁੰਦਾ, ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਆਉਂਦੇ ਲੋਇਨ ਦੇਖ ਰਿਹਾ ਵੀ ਸਮਾਧੀ, ਜਿਤ ਅਦ੍ਰਿਸ਼ ਅਦ੍ਰਿਸ਼ ਸਦਰਨ ਰਾਮ ਜੋਤੀ ਜੋਤ ਮਿਲਾਏ। ਜਿਸ ਮਾਲਕ ਨਾਲ ਵਿਛੜੇ ਸੀ ਉਸ ਨਾਲ ਸਾਡਾ ਮਿਲਾਪ ਹੋ ਗਿਆ। ਇਸੇ ਤਰ੍ਹਾਂ ਇਸ ਚਾਰ ਲਾਵਾਂ ਦੇ ਵਿੱਚ ਸੁਰਤੇ ਨੂੰ ਜਿੱਥੇ ਸੰਯੋਗ ਜੁੜਿਆ ਸੀ ਵਾਪਸ ਉਸੇ ਸਥਾਨ 'ਤੇ ਪਹੁੰਚ ਗਏ।